ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਅਸੀਂ ਤੁਹਾਨੂੰ ਵੱਖ ਵੱਖ ਸ਼ਖਸੀਅਤਾਂ ਨਾਲ ਰੂਬਰੂ ਕਰਾਉਂਦੇ ਰਹਿੰਦੇ ਹਾਂ, ਅੱਜ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਸਿਮਰਨਜੀਤ ਸਿੰਘ ਭੁੱਲਰ, ਜੋ ਕਿ ਫਰੀਦਕੋਟ ਦੇ ਅਤੇ ਮੋਹਾਲੀ ਦੇ ਵੀਜ਼ਾ ਐਕਸਪਰਟ ਨੇ, ਇਮੀਗ੍ਰੇਸ਼ਨ ਮਾਹਿਰ ਨੇ, ਜਿਹੜੇ ਕਿ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਵਗੈਰਾ ਵੱਖ ਵੱਖ ਮੁਲਕਾਂ ਦੇ ਜਿਹੜੇ ਸਟੱਡੀ ਵੀਜ਼ਾ ਜਾਂ ਟੂਰਿਸਟ ਵੀਜ਼ਾ PR ਵਗੈਰਾ ਦੇ ਕੇਸ ਦੇ ਜਿਹੜੀ ਸਾਡੇ ਨਾਲ ਪਹਿਲਾਂ ਵੀ ਜਾਣਕਾਰੀ ਦਿੰਦੇ ਰਹਿੰਦੇ ਨੇ। ਅੱਜ ਫਿਰ ਭੁੱਲਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਹਰ ਵਾਰੀ ਸਾਨੂੰ ਆਪਣੇ ਸਟੂਡੀਓ ਦੇ ਵਿੱਚ ਮੌਕਾ ਦਿੰਦੇ ਹੋ ਇਮੀਗ੍ਰੇਸ਼ਨ ਨਾਲ ਜੁੜੀਆਂ ਗੱਲਾਂ ਬਾਤਾਂ ਹਰ ਇੱਕ ਆਮ ਨਾਗਰਿਕ ਤੱਕ ਪਹੁੰਚ ਸਕਣ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਅਤੇ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ। ਭੁੱਲਰ ਸਾਹਿਬ, ਕੈਨੇਡਾ ਵਿੱਚ ਨਵੀਂ ਨਵੀਂ ਗੌਰਮੈਂਟ ਬਣੀ ਹੈ, ਪਹਿਲਾਂ ਵੀ ਟਰੂਡੋ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਨਵੀਂ ਜਿਹੜੀ ਚੋਣ ਕਰਵਾਈ, ਉਹਨਾਂ ਨੂੰ ਇਹ ਸੀ ਕਿ ਬਹੁਮਤ ਮਿਲ ਜਾਏਗੀ, ਚਲੋ ਬਹੁਮਤ ਨਹੀਂ ਮਿਲੀ, ਪਰ ਟਰੂਡੋ ਇਮੀਗ੍ਰਾਂਟਸ ਲਈ ਬਹੁਤ ਲਾਹੇਵੰਦ ਮੁੱਖ ਮੰਤਰੀ ਸਾਬਤ ਹੋਇਆ, ਨਵੀਂ ਫਿਰ ਟਰੂਡੋ ਗੌਰਮੈਂਟ ਬਣ ਗਈ ਹੈ। ਉਹਦਾ ਹੁਣ ਇੰਡੀਆ ਦੇ ਜਿਹੜੇ ਸਾਡੇ ਸਟੂਡੈਂਟ ਨੇ ਜਾਂ ਹੋਰ ਜਿਹੜੇ ਉੱਥੇ ਕੈਨੇਡਾ ਜਾਣਾ ਚਾਹੁੰਦੇ ਨੇ, ਉਹਨਾਂ ਲਈ ਕੀ ਅਸਰ ਪਿਆ ਕੋਈ? ਟਰੂਡੋ ਗੌਰਮੈਂਟ ਜਿਵੇਂ ਇੰਡੀਆ ਦੇ ਸਟੂਡੈਂਟਸ ਵਾਸਤੇ ਜਾਂ ਇੰਡੀਆ ਤੋਂ ਜਿਹੜੇ ਇਮੀਗ੍ਰੇਟ ਹੋ ਕੇ ਲੋਕ ਕੈਨੇਡਾ ਵੱਲ ਪ੍ਰਵਾਸ ਕਰਦੇ ਆ, ਉਹਨਾਂ ਲਈ ਬੜੀ ਪੋਜ਼ਿਟਿਵਿਟੀ ਦਾ ਸਾਈਨ ਹੁੰਦਾ ਹਰ ਵਾਰੀ। ਕੈਨੇਡਾ ਦੇ ਵਿੱਚ ਜਿਵੇਂ ਲੋਕਾਂ ਨੇ ਉਹਨਾਂ ਨੂੰ ਕੰਗਰੈਚੁਲੇਟ ਕੀਤਾ, ਉਸੇ ਤਰੀਕੇ ਨਾਲ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਬੱਚਿਆਂ ਅਤੇ ਜਿਹੜੇ ਕੰਸਲਟੈਂਟ ਹੈਗੇ ਆ ਇਸ ਲਾਈਨ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਆ, ਉਹ ਸਾਰਿਆਂ ਨੇ ਟਰੂਡੋ ਨੂੰ ਕੰਗਰੈਚੁਲੇਸ਼ਨ ਕੀਤਾ ਅਤੇ ਆਪਾਂ ਵੀ ਸਾਰੇ ਟਰੂਡੋ ਨੂੰ ਕੰਗਰੈਚੁਲੇਸ਼ਨ ਕਰਦੇ ਹਾਂ। ਟਰੂਡੋ ਗੌਰਮੈਂਟ ਦੇ ਨਾਲ ਇੱਕ ਪੋਜ਼ਿਟਿਵਿਟੀ ਜ਼ਰੂਰ ਮਿਲਦੀ ਹੈ ਇੰਡਸਟਰੀ ਨੂੰ, ਕਿ ਜਿਸ ਤਰੀਕੇ ਨਾਲ ਟਰੂਡੋ ਗੌਰਮੈਂਟ ਦੇ ਮਿਲਣ ਦੇ ਨਾਲ ਨਾਲ 26 ਤੋਂ ਜਿਹੜੀ ਇੰਡੀਆ ਤੋਂ ਡਾਇਰੈਕਟ ਫਲਾਈਟ ਵੀ ਸ਼ੁਰੂ ਹੋ ਰਹੀ ਆ ਸਟੂਡੈਂਟ ਦੇ ਲਈ, ਵਿਜ਼ਟਰ ਵੀਜ਼ੇ ਲਈ ਸਾਰਿਆਂ ਵਾਸਤੇ, ਉਸੇ ਤਰੀਕੇ ਨਾਲ ਜਿਹੜਾ ਰੇਸ਼ੋ ਹੁੰਦਾ ਹਰ ਵਾਰੀ ਟਰੂਡੋ ਗੌਰਮੈਂਟ ਇੰਡੀਆ ਤੋਂ ਵੀਜ਼ਾ ਸਕਸੈਸ ਰੇਟ ਵੀ ਵੱਧਦਾ ਔਰ ਵੀਜ਼ਾ ਰੇਸ਼ੋ ਵੀ ਵੱਧਦੀ ਹੈ, ਜਿਵੇਂ ਹਰ ਵਾਰੀ ਉਹ ਕੁਛ ਨਾ ਕੁਛ ਜਿਹੜੀ ਕੈਟਾਗਰੀ ਦੇ ਵਿੱਚ ਵਾਧਾ ਕਰਦੇ ਆ, ਚਾਹੇ ਉਹ ਸਟੂਡੈਂਟ ਵੀਜ਼ੇ ਨੂੰ ਲੈ ਕੇ ਹੋਵੇ, ਚਾਹੇ ਉਹ ਵਰਕ ਪਰਮਿਟ ਨੂੰ ਲੈ ਕੇ ਹੋਵੇ, ਚਾਹੇ ਉਹ ਵਿਜ਼ਟਰ ਨੂੰ ਲੈ ਕੇ ਹੋਵੇ, ਅਤੇ ਨਵੀਂ ਗੌਰਮੈਂਟ ਆਉਣ ਨਾਲ ਫਿਰ ਇੰਡਸਟਰੀ ਦੇ ਵਿੱਚ ਇੱਕ ਪੋਜ਼ਿਟਿਵਿਟੀ ਜ਼ਰੂਰ ਜਾਗੀ ਆ ਕਿ ਟਰੂਡੋ ਗੌਰਮੈਂਟ ਆਪਣੇ ਇੰਡੀਆ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੀਜ਼ਾ ਰੈਗੂਲਰ ਜਿਵੇਂ ਪਹਿਲੇ ਤਰੀਕੇ ਨਾਲ ਦੇ ਰਿਹਾ ਸੀ ਕੈਨੇਡਾ ਗੌਰਮੈਂਟ, ਉਸੇ ਤਰੀਕੇ ਨਾਲ ਦਿੰਦੇ ਰਹਿਣਗੇ। ਨਵੀਂ ਗੌਰਮੈਂਟ ਆਉਣ ਨਾਲ ਇੱਕ ਇੰਡਸਟਰੀ ਦੇ ਵਿੱਚ ਨੈਗਟਿਵਿਟੀ ਜ਼ਰੂਰ ਪੈਦਾ ਹੋਣੀ ਸੀ, ਜਿੱਦਾਂ ਟਰੂਡੋ ਗੌਰਮੈਂਟ ਪਿਛਲੇ ਸਮੇਂ ਦੇ ਵਿੱਚ ਜ਼ਿਆਦਾ ਇਮੀਗ੍ਰੇਟ ਨੂੰ ਇਨਵਾਈਟ ਕਰਦਾ, ਅਤੇ ਇਸੇ ਤਰੀਕੇ ਨਾਲ ਜਿਹੜੀ ਇਹ ਪਾਰਟੀ ਹੈਗੀ ਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਟੂਡੈਂਟ, ਵਿਜ਼ਟਰ ਅਤੇ ਵਰਕ ਪਰਮਿਟ ਵਾਲਿਆਂ ਨੂੰ ਇੱਦਾਂ ਹੀ ਵੈਲਕਮ ਕਹਿੰਦੀ ਰਹੂਗੀ, ਇਹ ਬੈਨੀਫਿਟ ਜ਼ਰੂਰ ਹੋਊਗਾ ਇੰਡੀਆ ਦੇ ਜਿਹੜੇ ਵਿੱਚ ਬੈਠੇ ਆਪਣੇ ਭੈਣ ਭਰਾ ਹੈਗੇ ਆ। ਭੁੱਲਰ ਸਾਹਿਬ, ਪਿਛਲਾ ਲੰਮਾ ਸਮਾਂ ਜਿਹੜਾ ਕਰੋਨਾ ਮਹਾਂਮਾਰੀ 'ਚ ਲੰਘ ਗਿਆ, ਉਹਦੇ 'ਚ ਸਟੂਡੈਂਟਸ ਨੂੰ ਵੀ ਬਹੁਤ ਸਮੱਸਿਆ ਵੀ ਆਈ, ਪਹਿਲਾਂ ਸਟੂਡੈਂਟ ਦੇ ਵੀਜ਼ਾ ਅੰਬੈਸੀਆਂ ਬੰਦ ਰਹੀਆਂ, ਫਿਰ ਜਿਹੜਾ ਹੈਗਾ ਕਿ ਸਟੂਡੈਂਟਾਂ ਦੇ ਜਿਨ੍ਹਾਂ ਦੇ ਵੀਜ਼ਾ ਲੱਗੇ ਉਹਨਾਂ ਦੀਆਂ ਫਲਾਈਟਾਂ ਬੰਦ ਹੋਣ ਕਰਕੇ ਜਾ ਨਹੀਂ ਸਕੇ, ਜੇ ਉਹ ਇਨਡਾਇਰੈਕਟ ਫਲਾਈਟਾਂ 'ਤੇ ਜਾਂਦੇ ਸੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਬਹੁਤ ਉਹਨਾਂ ਨੂੰ ਜਿਹੜਾ ਹੈਗਾ ਖਰਚਾ ਵੀ ਹੁੰਦਾ ਸੀਗਾ। ਹੁਣ ਲੱਗਦਾ ਕਿ ਡਾਇਰੈਕਟ ਫਲਾਈਟਾਂ ਵੀ ਹੋ ਗਈਆਂ, ਚੱਲ ਪੈਣਗੀਆਂ, ਅਤੇ ਨਵੀਂ ਟਰੂਡੋ ਗੌਰਮੈਂਟ ਆਉਣ ਨਾਲ ਵੀਜ਼ਾ ਜਿਹੜਾ ਅੰਬੈਸੀਆਂ ਦਾ ਕੰਮ ਵੀ ਨੋਰਮਲ ਹੋਏਗਾ। ਬਿਲਕੁਲ, ਕੀ ਇਹਦੇ 'ਚ ਜਿਹੜੀ ਵੀਜ਼ਾ ਪੋਲਿਸੀ ਜਾਂ ਜਿਵੇਂ ਜਿਹੜੇ ਨਵੇਂ ਸਟੂਡੈਂਟ ਜਾਣਾ ਚਾਹੁੰਦੇ ਨੇ, ਜਿਹੜੇ ਨਵੇਂ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਲਈ ਕੋਈ ਨਵੀਂ ਗੱਲ ਕਿ ਹੁਣ ਕੋਈ ਰਾਹ, ਨਵਾਂ ਰਾਹ ਖੁੱਲ੍ਹਿਆ? ਫਿਲਹਾਲ ਜਿਹੜੀ ਇਮੀਗ੍ਰੇਸ਼ਨ ਦੀਆਂ ਪੋਲਿਸੀਆਂ ਹੈਗੀਆਂ ਸੇਮ ਹੀ ਚੱਲ ਰਹੀਆਂ ਜਿਵੇਂ ਪਿਛਲੇ ਟਾਈਮ ਦੇ ਵਿੱਚ ਚੱਲਦੀਆਂ ਸੀਗੀਆਂ, ਬਟ ਕੋਵਿਡ ਕਰਕੇ ਰਸ਼ ਜ਼ਿਆਦਾ ਹੋਣ ਕਰਕੇ ਜਿਵੇਂ ਇੱਕ ਮੋਡਿਊਲ ਦੇ ਵਿੱਚੋਂ 5.5 ਨਾਲ ਕਾਫੀ ਵੀਜ਼ਾ ਜਿਹੜਾ ਰਿਫਿਊਜ਼ ਹੋ ਰਿਹਾ ਸੀ ਬੱਚਿਆਂ ਦਾ, ਬਹੁਤ ਸਾਰੇ SDS ਕੇਸ ਵੀ ਜਿਹੜੇ ਰਿਫਿਊਜ਼ ਹੋ ਰਹੇ ਸੀ, ਬਟ ਅਸੀਂ ਹੁਣ ਪਿਛਲੇ 15-20 ਦਿਨ ਤੋਂ ਦੇਖ ਰਹੇ ਹਾਂ ਕਿ ਕੈਨੇਡਾ ਦਾ ਜਿਹੜਾ ਸਟੂਡੈਂਟ ਵੀਜ਼ਾ ਹੈਗਾ ਜਨਰਲ ਕੈਟਾਗਰੀ ਦੇ ਨਾਲ ਨਾਲ SDS ਦੀ ਜਿਹੜੀ ਰੇਸ਼ੋ ਹੈਗੀ ਉਹ ਕਾਫੀ ਜ਼ਿਆਦਾ ਵੱਧ ਗਈ ਆ। ਜਿਵੇਂ ਜਿਵੇਂ ਰਸ਼ ਘਟੂਗਾ ਉਸ ਤਰੀਕੇ ਨਾਲ ਪਾਲਿਸੀਜ਼ ਉਹੀ ਪੁਰਾਣੀਆਂ ਰਹਿਣਗੀਆਂ, ਬਟ ਜਿਹੜਾ ਵੀਜ਼ਾ ਸਕਸੈਸ ਰੇਟ ਹੈਗਾ ਉਹ ਵਧੂਗਾ, ਔਰ ਜਿਹੜੀ ਨਵੀਂ ਗੌਰਮੈਂਟ ਆਉਣ ਨਾਲ ਜਿਹੜੀ ਪੋਜ਼ਿਟਿਵਿਟੀ ਹੈਗੀ ਆ, ਜਿਹੜੇ ਬੱਚੇ ਕੈਨੇਡਾ ਨੂੰ ਲੈ ਕੇ ਨੈਗਟਿਵ ਹੋ ਗਏ ਸੀ ਉਹ ਕਾਫੀ ਵਧੀਆ ਤਰੀਕੇ ਨਾਲ ਹੁਣ ਵੀਜ਼ਾ ਲੈ ਪਾਉਣਗੇ। ਔਰ ਦੂਸਰੀ ਗੱਲ ਇਹ ਸੀ ਕਿ ਇਨਡਾਇਰੈਕਟ ਫਲਾਈਟ ਹੋਣ ਕਰਕੇ 3 ਤੋਂ 3.5 ਲੱਖ ਦੀ ਟਿਕਟ ਹਰ ਇੱਕ ਬੰਦੇ ਦੇ ਅਫੋਰਡ ਨਹੀਂ ਕਰ ਪਾਉਂਦਾ ਸੀ ਹਰ ਇੱਕ ਬੰਦਾ, ਅਤੇ ਹੁਣ ਜਿਹੜੀ ਜਦੋਂ 26 ਨੂੰ ਫਲਾਈਟਸ ਡਾਇਰੈਕਟ ਹੋ ਜਾਣਗੀਆਂ ਅਤੇ ਜਿਹੜਾ ਪੁਰਾਣਾ ਪ੍ਰਾਈਜ਼ ਸੀਗਾ 1 ਲੱਖ ਤੋਂ ਨੀਚੇ ਵਾਲਾ, ਸ਼ਾਇਦ ਉਹ ਮੁੜ ਕੇ ਆ ਜਾਊਗਾ, ਅਤੇ ਬਹੁਤ ਸਾਰੇ ਬੱਚੇ ਜਿਹੜੇ ਸਟੱਕ ਸੀਗੇ
ਜਿਹੜੇ ਇੰਨੀ ਕੋਸਟਲੀ ਟਿਕਟ ਨਹੀਂ ਪਰਚੇਜ ਕਰ ਸਕਦੇ ਸੀ ਉਹ ਸਾਰੇ ਹੀ ਹੁਣ ਕੈਨੇਡਾ ਜਾ ਕੇ ਔਨ ਸ਼ੋਰ ਆਪਣੀ ਸਟੱਡੀ ਕੰਟੀਨਿਊ ਕਰ ਪਾਉਣਗੇ, ਉਹਨਾਂ ਲਈ ਇਹ ਬੈਨੀਫਿਟ ਹੋਊਗਾ ਡਾਇਰੈਕਟ ਜਿਹੜੀਆਂ ਫਲਾਈਟ ਚੱਲ ਜਾਣ ਨਾਲ ਨਾ। ਭੁੱਲਰ ਸਾਹਿਬ, ਕੁਛ ਜਿਹੜੇ ਏਜੰਟ ਨੇ ਪੁਰਾਣੇ ਉਹ ਮੀਡੀਆ ਵਿੱਚ ਇਹ ਪ੍ਰਚਾਰ ਕਰ ਰਹੇ ਨੇ ਕਿ 2-3 ਲੱਖ ਰੁਪਇਆ ਦਿਓ ਉੱਥੇ ਵੀਜ਼ਾ ਲਓ, ਕੋਈ ਇਹੋ ਜਿਹੀ ਕਿਹੜੀ ਨਵੀਂ ਪੋਲਿਸੀ ਆ ਗਈ? ਦੇਖੋ ਜੀ, ਕੋਈ ਵੀ ਜਿਹੜਾ ਕੰਸਲਟੈਂਟ ਹੈਗਾ, ਜਿਹੜਾ ਕੋਈ ਵੀ ਅੱਜ ਦੀ ਡੇਟ ਦੇ ਵਿੱਚ ਕਾਰੋਬਾਰ ਕਰ ਰਿਹਾ, ਤੁਸੀਂ ਕਿਸੇ ਵੀ ਕੰਸਲਟੈਂਟ ਦੇ ਆਫਿਸ ਦੇ ਵਿੱਚ ਜਾਂਦੇ ਤਾਂ ਬਹੁਤ ਜ਼ਿਆਦਾ ਖਰਚੇ ਹੈਗੇ ਆ। ਇਹ ਸਿਰਫ ਇੱਕ ਕਲਾਇੰਟ ਖਿੱਚਣ ਦਾ ਤਰੀਕਾ ਹੈਗਾ ਕਿ ਕਲਾਇੰਟ ਨੂੰ ਇੱਕ ਵਾਰੀ ਆਪਣੇ ਆਫਿਸ ਦੇ ਵਿੱਚ ਬੁਲਾਇਆ ਜਾਵੇ ਘੱਟ ਪੈਸਿਆਂ 'ਤੇ ਐਡ ਦੇ ਕੇ। ਕੋਈ ਆਪਣਾ ਚਾਹੇ ਕੰਸਲਟੈਂਟ, ਕੋਈ ਆਪਣਾ ਰਿਸ਼ਤੇਦਾਰ ਵੀ ਹੈਗਾ, ਚਾਹੇ ਕੋਈ ਵੀ ਆਪਣਾ ਭੈਣ ਭਰਾ ਹੈਗਾ ਜਿਹੜਾ ਇਸ ਲਾਈਨ ਦੇ ਵਿੱਚ ਹੈਗਾ, ਅੱਜ ਦੀ ਰੇਟ ਦੇ ਵਿੱਚ ਜਿਹੜਾ ਵੀਜ਼ਾ ਸਕਸੈਸ ਰੇਟ ਆ ਵਿਦਆਊਟ ਜੀ ਆਈ ਸੀ ਤਾਂ ਬਿਲਕੁਲ ਨਹੀਂ ਹੈਗਾ। 6 ਲੱਖ ਤੋਂ ਉੱਪਰ ਜੀ ਆਈ ਸੀ ਜਿਹੜਾ ਉਹ ਇਨਵੈਸਟ ਆਪਾਂ ਨੂੰ ਕਰਨਾ ਹੀ ਪੈਂਦਾ। ਉਸ ਤੋਂ ਬਾਅਦ ਆਪਣੀ ਜਿਹੜੀ ਗੌਰਮੈਂਟ ਕਾਲਜ ਦੀ ਫੀਸ ਹੈਗੀ ਆ 1 ਈਅਰ ਦੀ, ਉਹ 6 ਲੱਖ ਤੋਂ ਲੈ ਕੇ 9 ਲੱਖ ਤੋਂ ਨੀਚੇ ਕਿਸੇ ਵੀ ਕਾਲਜ ਦੀ ਨਹੀਂ ਹੈਗੀ। ਬਹੁਤ ਸਾਰੇ ਕਾਲਜ ਤਾਂ 10 ਲੱਖ ਨੂੰ ਵੀ ਕ੍ਰੋਸ ਕਰਦੇ ਆ, ਕਿਉਂਕਿ ਇਸ ਟਾਈਮ ਜੇ ਤੁਸੀਂ ਕੈਨੇਡੀਅਨ ਡਾਲਰ ਦਾ ਪ੍ਰਾਈਸ ਦੇਖੋਗੇ ਅਕੋਰਡਿੰਗ ਇੰਡੀਅਨ ਰੁਪੀਜ਼ ਤਾਂ ਉਹ 60 ਦੇ ਕਰੀਬ ਪਹੁੰਚਿਆ ਹੋਇਆ ਜੀ। ਤੇ ਕਿਸੇ ਵੀ ਗੌਰਮੈਂਟ ਕਾਲਜ ਦੀ ਜਿਹੜੀ ਫੀਸ ਆ ਉਹ ਅਲਾਓ ਨਹੀਂ ਕਰਦੀ ਤੁਹਾਨੂੰ ਕਿ ਤੁਸੀਂ 2-3 ਲੱਖ ਰੁਪਇਆ ਫੀਸ ਦੇ ਕੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਲੈ ਲਓ। ਬਹੁਤ ਵਾਲੀਅਮ ਦੇ ਵਿੱਚ ਐਪਲੀਕੇਸ਼ਨ ਇਕੱਠੀ ਕਰਨ ਵਾਸਤੇ ਜੇ ਅਸੀਂ ਮੰਨ ਲਓ ਐਡ ਪਾ ਵੀ ਦਿੰਦੇ ਹਾਂ ਕਿ 2-3 ਲੱਖ ਦੇ ਵਿੱਚ ਤੁਸੀਂ ਕੈਨੇਡਾ ਜਾ ਸਕਦੇ ਹੋ, ਤੇ ਸਕਸੈਸ ਰੇਟ ਜਿਹੜਾ ਹੈਗਾ ਉਹ ਬਹੁਤ ਘੱਟ ਰਹੂਗਾ। ਕੋਈ ਵੀ ਜਿਹੜਾ ਕੰਸਲਟੈਂਟ ਅੱਜ ਦੀ ਡੇਟ ਦੇ ਵਿੱਚ ਕੰਮ ਕਰ ਰਿਹਾ ਉਹਦੇ ਕੋਲੇ 25-30 ਉਹਦੇ ਇੰਪਲਾਈ ਕੰਮ ਕਰਦੇ ਆ, ਫਿਰ ਬਿਲਡਿੰਗ ਦੇ ਖਰਚੇ ਆ, ਕੋਈ ਵੀ ਜਿਹੜਾ ਕਾਰੋਬਾਰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕਾਰੋਬਾਰ ਕਰਦਾ ਉਹ ਤੁਹਾਡੇ ਤੇ ਇਨਵੈਸਟ ਨਹੀਂ ਕਰ ਸਕਦਾ। ਉਹ ਇੱਕ ਕਲਾਇੰਟ ਨੂੰ ਖਿੱਚਣ ਦਾ ਤਰੀਕਾ ਹੈਗਾ 2-3 ਲੱਖ ਰੁਪਇਆ ਬੋਲ ਕੇ। ਬਟ ਅਸੀਂ ਵੀ 5-6 ਸਾਲ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਹਾਂ, ਕਿਸੇ ਵੀ ਗੌਰਮੈਂਟ ਕਾਲਜ ਦੀ ਫੀਸ ਆ ਜਿਹੜੀ ਉਹ 5 ਲੱਖ ਤੋਂ ਘੱਟ ਨਹੀਂ ਹੈਗੀ। ਕਿਊਬਿਕ ਦੇ ਵਿੱਚ 1-2 ਕਾਲਜ ਸੀ ਜਿਨ੍ਹਾਂ ਦੀ ਫੀਸ ਜਿਹੜੀ 5 ਲੱਖ ਦੇ ਕਰੀਬ ਸੀ ਜੀ, ਬਟ ਉਹ ਵੀ ਪਿਛਲੇ 1-1.5 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਡਿਸਟਰਬ ਹੋ ਰਹੇ ਆ, ਇੱਥੇ ਡਿਪਰੈਸ਼ਨ 'ਚ ਹੈਗੇ ਆ, ਜਿਨ੍ਹਾਂ ਦਾ ਵੀਜ਼ੇ ਦਾ ਕੋਈ ਰਿਜ਼ਲਟ ਹੀ ਨਹੀਂ ਆਇਆ। ਇਸੇ ਤਰੀਕੇ ਨਾਲ ਮੈਂ ਤਾਂ ਇਹੀ ਐਡਵਾਈਸ ਦੇਊਂਗਾ ਬੱਚਿਆਂ ਨੂੰ, ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਤਾਂ ਥੋੜ੍ਹੀ ਰਿਸਰਚ ਕਰੋ। ਜੇ SDS ਕੇਸ ਆ ਤਾਂ ਤੁਸੀਂ GIC ਨਹੀਂ ਭਰਦੇ, ਤੁਹਾਡਾ ਕੇਸ ਜਨਰਲ ਕੈਟਾਗਰੀ ਦੇ ਵਿੱਚ ਲੱਗ ਜਾਂਦਾ, ਜਿਹਦੇ ਵਿੱਚ ਤੁਹਾਡਾ ਵੀਜ਼ਾ ਸਕਸੈਸ ਰੇਟ ਜਿਹੜਾ ਹੈਗਾ ਮੈਂ ਨਹੀਂ ਮੰਨਦਾ ਕਿ 50% ਤੋਂ ਉੱਪਰ ਹੋਊਗਾ। ਇਸ ਲਈ ਇਹ ਇੱਕ ਮਾਰਕੀਟਿੰਗ ਹੈਗੀ ਆ, ਕੋਈ ਆਪਣਾ ਰਿਸ਼ਤੇਦਾਰ ਨਹੀਂ ਹੈਗਾ, ਕੋਈ ਵੀ ਜਿਹੜਾ ਬਿਜ਼ਨਸ ਕਰਦਾ ਉਹ ਬਿਜ਼ਨਸ ਪੱਲਿਓਂ ਪਾ ਕੇ ਕਰਨਾ ਨਹੀਂ ਚਾਹੁੰਦਾ। ਇਸ ਕਰਕੇ ਮੈਂ ਰਿਕੁਐਸਟ ਕਰੂੰਗਾ ਕਿ ਤੁਸੀਂ ਜੇ ਤੁਹਾਡੀ ਪ੍ਰੋਫਾਈਲ ਚੰਗੀ ਆ ਤਾਂ ਥੋੜ੍ਹਾ ਰਿਸਰਚ ਕਰੋ ਕਿ ਕਾਲਜ ਦੀ ਟਿਊਸ਼ਨ ਫੀਸ ਕਿੰਨੀ ਆ, GIC ਕਿੰਨਾ, ਬੈਸੀ ਫੀਸ ਕਿੰਨੀ ਆ, ਤਾਂ ਉਸ ਤਰੀਕੇ ਨਾਲ ਜੇ ਵੀਜ਼ਾ ਅਪਲਾਈ ਕਰਨਗੇ ਬੱਚੇ ਤਾਂ ਉਹਨਾਂ ਦਾ ਵੀਜ਼ਾ ਜਿਹੜਾ ਲੱਗੂਗਾ ਵੀ ਤਾਂ ਉਹਨਾਂ ਦਾ ਕੈਨੇਡਾ ਜਾਣ ਦਾ ਜਿਹੜਾ ਸੁਪਨਾ ਹੈਗਾ ਉਹ ਵੀ ਪੂਰਾ ਫੇਲ ਹੋਊਗਾ ਜੇ ਉਹ ਪੂਰੇ ਪੈਸੇ ਦੇ ਕੇ ਜਾ ਰਿਹਾ ਬੱਚਾ ਤਾਂ। ਕਾਲਜ ਦੀ ਫੀਸ ਤੁਸੀਂ ਆਪਣੇ ਮਦਰ ਫਾਦਰ ਦੇ ਅਕਾਊਂਟ 'ਚੋਂ ਪੇ ਕਰਨੀ ਆ, GIC ਆਪਣੇ ਅਕਾਊਂਟ 'ਚੋਂ ਪੇ ਕਰਨਾ। ਇਹ ਨਾ ਹੋਵੇ ਕੱਲ੍ਹ ਨੂੰ ਜਿਹੜੇ 2-2.5 ਲੱਖ ਵਾਲੇ ਕੰਸਲਟੈਂਟ ਉਹ 2-2.5 ਲੱਖ 3 ਲੱਖ ਰੁਪਇਆ ਆਪਣੀ ਪ੍ਰੋਸੈਸਿੰਗ ਫੀਸ ਹੀ ਮੰਗ ਲੈਣ ਜੀ। ਤਾਂ ਇਸ ਚੀਜ਼ 'ਤੇ ਬੱਚਿਆਂ ਨੂੰ ਰਿਸਰਚ ਕਰਨੀ ਚਾਹੀਦੀ ਆ। ਇਸ ਤਰ੍ਹਾਂ ਦਾ ਕੋਈ ਵੀ ਅਜੇ ਤੱਕ ਪਾਲਿਸੀ ਕੈਨੇਡਾ ਗੌਰਮੈਂਟ ਵੱਲੋਂ ਨਹੀਂ ਹੈਗੀ ਕਿ 2-3 ਲੱਖ ਰੁਪਏ ਦੇ ਵਿੱਚ ਕੈਨੇਡਾ ਦਾ ਵੀਜ਼ਾ ਮਿਲ ਜਾਊਗਾ। ਦੂਸਰਾ ਭੁੱਲਰ ਸਾਹਿਬ, ਕਈ ਜਿਹੜੇ ਪਿਛਲੇ ਸਮੇਂ 'ਚ ਕੇਸ ਹੋਏ ਆ ਕਿ ਬੱਚੇ ਵਿਚਾਰੇ ਗਰੀਬ ਹੁੰਦੇ ਆ ਘਰੋਂ, ਅਤੇ ਉਹ ਇੰਟੈਲੀਜੈਂਟ ਹੁੰਦੇ ਆ, ਉਹ ਬੈਂਡ ਵੀ ਲੈ ਲੈਂਦੇ ਆ, ਪਰ ਮਾਂ ਪਿਓ ਕੋਲ ਉਨੀ ਫੀਸ ਪੇ ਕਰਨ ਵਾਸਤੇ ਪ੍ਰੋਪਰਟੀ ਜਾਂ ਉਸ ਨਹੀਂ ਹੁੰਦੀ, ਅਤੇ ਕਈ ਮਾਂ ਪਿਓ ਆਪਣਾ ਜ਼ਮੀਨ ਵੇਚ ਕੇ ਆਪਦੇ ਬੱਚੇ ਨੂੰ ਪੜ੍ਹਾਉਣ ਵਾਸਤੇ ਉਹ ਅਪਲਾਈ ਕਰ ਦਿੰਦਾ, ਬਾਅਦ 'ਚ ਕਈ ਵਾਰ ਵੀਜ਼ਾ ਕਿਸੇ ਕਾਰਨ ਨਹੀਂ ਲੱਗਦਾ, ਏਜੰਟ ਦੀ ਗਲਤੀ ਕਾਰਨ ਜਾਂ ਕਿਸੇ ਵੀ ਰੀਜ਼ਨ ਕਰਕੇ ਨਹੀਂ ਲੱਗਦਾ, ਅਤੇ ਬੜਾ ਉਹ ਡਿਸਟਰਬ ਹੁੰਦੇ ਆ। ਕਈ ਬੰਦਿਆਂ ਨੇ ਸੁਸਾਈਡ ਵੀ ਕੀਤੀ ਹੈ ਕਿ ਬੱਚੇ ਜ਼ਮੀਨ ਵੀ ਵੇਚਤੀ ਲਾਤੀ। ਅਤੇ ਪਿਛਲੇ ਸਮੇਂ 'ਚ ਕੁਝ ਜਿਹੜੇ ਹੈਗੀਆਂ ਕੰਪਨੀਆਂ ਉਹ ਇਹ ਕਹਿੰਦੀਆਂ ਕਿ ਅਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਵਾਂਗੇ, ਉਹਦੇ ਨਾਲ ਸੌਖਾ ਵੀ ਹੋ ਜਾਂਦਾ ਕਿ ਜਦੋਂ ਵੀਜ਼ਾ ਲੱਗ ਗਿਆ ਫਿਰ ਮਾਂ ਪਿਓ ਚਲੋ ਜ਼ਮੀਨ ਵੇਚ ਕੇ ਵੀ ਦੇ ਦਿੰਦਾ, ਕਈ ਵਾਰ ਤਾਂ ਜ਼ਮੀਨ ਵੀ ਵੇਚਤੀ ਵੀਜ਼ਾ ਵੀ ਨਾ ਲੱਗਿਆ ਜੇ ਵੀਜ਼ਾ ਸ਼ਿਓਰਟੀ ਹੋ ਜਾਵੇ। ਤੁਹਾਡੀ ਜਿਹੜੀ ਵੀਜ਼ਾ ਵੇਵਸ ਕੰਪਨੀ ਹੈ ਇਹ ਵੀ ਕੋਈ ਇਹੋ ਜਿਹੀ ਆਫਰ ਦਿੰਦੀ ਹੈ ਜੀ? ਬਿਲਕੁਲ ਜੀ, ਆਫਟਰ ਵੀਜ਼ਾ ਅਸੀਂ ਪਿਛਲੇ ਕਾਫੀ ਟਾਈਮ ਤੋਂ ਐਡ ਵੀ ਦਿੰਦੇ ਹਾਂ, ਅਸੀਂ ਆਫਟਰ ਵੀਜ਼ਾ ਕੰਮ ਵੀ ਕਰਦੇ ਹਾਂ। ਜਿਹੜਾ ਕੈਨੇਡਾ ਜਾਂ ਆਸਟ੍ਰੇਲੀਆ ਬਾਹਰ ਜਾਣ ਦਾ ਦੌਰ ਹੈਗਾ ਉਹ ਇੱਕ ਫੈਸ਼ਨ ਦੇ ਵਿੱਚ ਤਬਦੀਲ ਹੋ ਚੁੱਕਾ ਇਸ ਟਾਈਮ। ਹਰ ਇੱਕ ਬੰਦਾ ਚਾਹੇ ਉਹ 2 ਏਕੜ ਵਾਲਾ, ਚਾਹੇ ਉਹ 20 ਏਕੜ ਵਾਲਾ, ਚਾਹੇ ਉਹ 100 ਏਕੜ ਵਾਲਾ,
ਹਰ ਇੱਕ ਬੰਦਾ ਚਾਹੁੰਦਾ ਕਿ ਮੇਰੇ ਬੱਚੇ ਦੀ ਜਿਹੜੀ ਲਾਈਫ ਹੈਗੀ ਆ ਉਹ ਸਿਕਿਓਰ ਹੋ ਜਾਏ ਕੈਨੇਡਾ ਜਾ ਕੇ, ਅਤੇ ਬਹੁਤ ਸਾਰੇ ਜਿਹੜੇ ਇੱਕ ਇੱਕ ਬੱਚਾ ਹੁੰਦਾ ਫੈਮਿਲੀ ਦੇ ਵਿੱਚ, ਪਰ ਫਿਰ ਵੀ ਉਹ ਕੈਨੇਡਾ ਜਾਂ ਕਿਸੇ ਚੰਗੀ ਕੰਟਰੀ ਦੇ ਵਿੱਚ ਉਹਨੂੰ ਭੇਜਣਾ ਚਾਹੁੰਦੇ ਆ, ਕਿਉਂਕਿ ਇੱਥੇ ਮਜਬੂਰੀ ਹੈਗੀ ਹਰ ਇੱਕ ਬੰਦੇ ਦੀ, ਕਿਉਂਕਿ ਫਿਊਚਰ ਦੇ ਵਿੱਚ ਕੁਛ ਨਜ਼ਰ ਨਹੀਂ ਆ ਰਿਹਾ, ਫਿਊਚਰ ਦੇ ਵਿੱਚ ਲੋਕ ਕੀ ਕਰਨਗੇ। ਇੱਥੇ ਬਹੁਤ ਸਾਰੇ ਪੋਜ਼ਿਟਿਵ ਲੋਕ ਵੀ ਜਿਹੜੇ ਆ ਕਦੇ ਕਦੇ ਨੈਗੇਟਿਵ ਹੋ ਜਾਂਦੇ ਆ, ਅਤੇ ਜਿਹੜਾ ਆਫਟਰ ਵੀਜ਼ਾ ਦੀ ਆਪਸ਼ਨ ਹੈਗੀ ਆ, ਬੜੀ ਵਧੀਆ ਆਪਸ਼ਨ ਆ ਆਫਟਰ ਵੀਜ਼ਾ ਦੀ, ਬਹੁਤ ਸਾਰੇ ਵਧੀਆ ਲੋਕ ਇਹਦੇ ਵਿੱਚ ਕੰਮ ਕਰਦੇ ਆ। ਅਸੀਂ ਵੀ ਆਫਟਰ ਵੀਜ਼ਾ ਦਾ ਕੰਮ ਕਰਦੇ ਹਾਂ। ਆਫਟਰ ਵੀਜ਼ਾ ਦੇ ਵਿੱਚ ਦੇਖੋ, ਅਸੀਂ ਜਿਹੜਾ ਕਾਰੋਬਾਰ ਕਰਦੇ ਹਾਂ ਇੱਕ ਇਨਵੈਸਟਮੈਂਟ ਪਰਪਸ ਹੈਗਾ, ਜੀਰੋ ਤੋਂ ਲੈ ਕੇ ਆਫਰ ਲੈਟਰ ਤੋਂ ਲੈ ਕੇ ਤੁਹਾਡੀ ਐਮਬੈਸੀ ਫੀਸ, ਤੁਹਾਡੀ ਕਾਲਜ ਦੀ ਫੀਸ ਜੀ ਅਸੀਂ ਆਪਣੇ ਕੋਲੋਂ ਪੇ ਕਰਦੇ ਹਾਂ, ਬਟ ਉਹਦੇ ਵਿੱਚ ਪੈਸਾ ਜ਼ਰੂਰ ਵੱਧ ਲੱਗਦਾ। ਮਤਲਬ ਅਸੀਂ ਇਹ ਐਡਵਰਟਾਈਜ਼ਮੈਂਟ ਨਹੀਂ ਕਰਦੇ ਕਿ ਅਸੀਂ ਉਹਦੇ ਦੇ ਵਿੱਚ ਕੋਈ ਮਤਲਬ ਲੋਕ ਭਲਾਈ ਦਾ ਕੰਮ ਕਰ ਰਹੇ ਹਾਂ, ਅਸੀਂ ਉਹ ਇੱਕ ਬਿਜ਼ਨਸ ਕਰ ਰਹੇ ਹਾਂ। ਮੰਨ ਲਓ ਜੇ ਅਸੀਂ ਕਿਸੇ ਦੇ ਬੱਚੇ ਦੇ ਉੱਤੇ 5 ਤੋਂ 7 ਲੱਖ ਰੁਪਇਆ ਇਨਵੈਸਟ ਕਰਦੇ ਹਾਂ, ਤੇ ਅਸੀਂ ਉਹਦੇ ਉੱਤੇ ਐਕਸਟਰਾ ਪੈਸੇ ਲੈਣ ਦੇ ਹੱਕਦਾਰ ਵੀ ਹੈਗੇ ਆ, ਤੇ ਅਸੀਂ ਲੈਂਦੇ ਵੀ ਹੈਗੇ ਆ। ਮਤਲਬ ਸਾਰੇ ਹੀ ਲੋਕ ਜਿਹੜੇ ਆਫਟਰ ਵੀਜ਼ਾ ਦਾ ਕੰਮ ਕਰਦੇ ਉਹ ਐਕਸਟਰਾ ਪੈਸੇ ਜ਼ਰੂਰ ਲੈਂਦੇ ਆ, ਬਟ ਉਹੀ ਜਿਵੇਂ ਤੁਸੀਂ ਕਿਹਾ ਸੀ ਜ਼ਮੀਨ ਵੇਚਣੀ ਜਾਂ ਘਰ ਵੇਚਣਾ, ਕਿਸੇ ਤਰ੍ਹਾਂ ਦਾ ਕੋਈ ਲਾਸ ਹੋ ਜਾਣਾ ਤੇ ਬਾਅਦ 'ਚ ਵੀਜ਼ਾ ਵੀ ਬੱਚੇ ਦਾ ਰਿਫਿਊਜ਼ ਹੋ ਜਾਣਾ, ਫਿਰ ਉਹ ਬੰਦੇ ਡਿਪਰੈਸ਼ਨ 'ਚ ਚਲੇ ਜਾਂਦੇ ਆ। ਅਸੀਂ ਇਹ ਕਹਿੰਦੇ ਹਾਂ ਕਿ ਜੇ ਇਸ ਤਰ੍ਹਾਂ ਦਾ ਤੁਸੀਂ ਕੁਛ ਕਰਨਾ ਵੀ ਆ ਤਾਂ ਤੁਸੀਂ ਆਪਣੇ 'ਤੇ ਰਿਸਕ ਬਿਲਕੁਲ ਨਾ ਲਓ। ਅਸੀਂ ਤੁਹਾਡੀ ਆਫਰ ਲੈਟਰ ਤੋਂ ਲੈ ਕੇ ਟਿਊਸ਼ਨ ਫੀਸ ਸਾਰੀ ਅਸੀਂ ਇਨਵੈਸਟ ਕਰਾਂਗੇ ਤੁਹਾਡੇ 'ਤੇ, ਅਤੇ ਅਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਬਟ ਉਹਦੇ 'ਤੇ ਪੈਸਾ ਜ਼ਰੂਰ ਵੱਧ ਲੱਗੂਗਾ। ਬਹੁਤ ਸਾਰੇ ਲੋਕਾਂ ਨੂੰ ਤਕਲੀਫ ਵੀ ਹੁੰਦੀ ਆ, ਸਾਡੇ ਕੋਲ ਵੀ ਕਈ ਵਾਰ ਬੰਦਾ ਵੀਜ਼ਾ ਅਪਲਾਈ ਕਰਦਾ, ਬੱਚੇ ਦਾ ਵੀਜ਼ਾ ਲੱਗ ਜਾਂਦਾ ਅਤੇ ਬਾਅਦ 'ਚ ਉਹਨਾਂ ਨੂੰ ਫੀਲ ਹੁੰਦਾ ਵੀ ਅਸੀਂ 1 ਜਾਂ 1.5 ਜਾਂ 2 ਲੱਖ ਰੁਪਏ ਐਕਸਟਰਾ ਦੇਤਾ, ਬਟ ਇਹ ਇੱਕ ਕਾਰੋਬਾਰ ਆ, ਇੱਕ ਫਾਈਨਾਂਸ ਆ। ਜਦੋਂ ਅਸੀਂ ਤੁਹਾਡੇ 'ਤੇ ਇਨਵੈਸਟਮੈਂਟ ਕਰ ਰਹੇ ਹਾਂ ਤਾਂ ਅਸੀਂ ਤੁਹਾਡੇ ਨਾਲ ਪ੍ਰੋਪਰ ਸਾਰੀਆਂ ਗੱਲਾਂ ਬਾਤਾਂ ਕਲੀਅਰ ਕਰਕੇ ਤੁਹਾਡੇ 'ਤੇ ਇਨਵੈਸਟਮੈਂਟ ਕਰ ਰਹੇ ਹਾਂ। ਆਫਟਰ ਵੀਜ਼ਾ ਦੇ ਵਿੱਚ ਤੁਹਾਡਾ ਇਹ ਫਾਇਦਾ, ਬਟ ਜੇ ਤੁਹਾਡੇ ਕੋਲ ਆਪਣਾ ਪੈਸਾ ਪਿਆ ਹੋਇਆ, ਤੁਸੀਂ ਆਪਣੇ ਬੱਚੇ 'ਤੇ ਰਿਸਕ ਲੈਣਾ ਚਾਹੁੰਦੇ, ਤਾਂ ਉਹ ਜਿਹੜਾ ਕੰਮ ਆ ਉਹ ਵੀ ਅਸੀਂ ਕਰਦੇ ਹਾਂ, ਜਿਹਦੇ ਵਿੱਚ ਅਸੀਂ ਪ੍ਰੋਸੈਸਿੰਗ ਫੀਸ ਕੋਈ ਨਹੀਂ ਲੈਂਦੇ ਬੱਚੇ ਤੋਂ। ਬੱਚੇ ਤੋਂ ਪ੍ਰੋਸੈਸਿੰਗ ਫੀਸ ਲੈਂਦੇ ਹਾਂ ਵੀਜ਼ਾ ਲੱਗਣ ਤੋਂ ਬਾਅਦ, ਜਿੰਨੀ ਵੀ ਸਾਡੀ ਉਹਦੇ ਨਾਲ ਬੱਚੇ ਨਾਲ ਕੋਈ ਗੱਲਬਾਤ ਹੋਈ ਹੁੰਦੀ ਆ, ਉਹਦੇ ਵਿੱਚ ਜਿਹੜੀ ਫੀਸ ਆ ਉਹ ਬੱਚੇ ਦੇ ਮਦਰ ਫਾਦਰ ਦੇ ਅਕਾਊਂਟ 'ਚੋਂ ਪੇ ਕਰਾਉਣੇ ਆ। GIC ਆ ਜਿਹੜਾ ਉਹ ਬੱਚੇ ਦੇ ਅਕਾਊਂਟ 'ਚੋਂ ਪੇ ਹੁੰਦਾ, ਜੇ ਕੋਈ ਆਫਰ ਲੈਟਰ ਦੀ ਫੀਸ ਆ ਤਾਂ ਉਹਦੇ ਕ੍ਰੈਡਿਟ ਕਾਰਡ ਤੋਂ ਕੱਟੀ ਜਾਂਦੀ ਆ, ਉਹ ਅਸੀਂ GCKEY ਤੋਂ ਲੈ ਕੇ ਜੋ ਵੀ ਡਿਟੇਲ ਹੁੰਦੀ ਆ ਉਹ ਬੱਚੇ ਨਾਲ ਸ਼ੇਅਰ ਕਰਦੇ ਹਾਂ। ਬੱਚਾ ਆਪਦੇ ਕੇਸ ਨਾਲ ਰਿਲੇਟਡ ਸਾਰੀ ਇਨਫੋਰਮੇਸ਼ਨ ਆਪਦੇ ਕੋਲ ਰੱਖ ਸਕਦਾ, ਬਟ ਜਿਹੜਾ ਆਫਟਰ ਵੀਜ਼ਾ ਹੈਗਾ ਉਹਦੇ ਵਿੱਚ ਇਨਵੈਸਟਮੈਂਟ ਸਾਡੀ ਹੁੰਦੀ ਆ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਚੇਂਜ ਹੁੰਦਾ, ਜਿਹਦੇ ਵਿੱਚ ਅਸੀਂ ਆਫਟਰ ਵੀਜ਼ਾ ਥੋੜ੍ਹੀ ਬਹੁਤੀ ਵੱਧ ਪੇਮੈਂਟ ਵੀ ਲੈਂਦੇ ਹਾਂ, ਕਿਉਂਕਿ ਸਾਡੀ ਇਨਵੈਸਟਮੈਂਟ ਆ। ਕੇਸ ਦੇ ਉੱਤੇ 20 ਦਿਨ ਤੋਂ ਲੈ ਕੇ ਕਈ ਵਾਰੀ 4 ਮਹੀਨੇ ਦਾ ਟਾਈਮ ਲੱਗ ਜਾਂਦਾ ਜੀ, ਉਹਦੇ ਉੱਤੇ ਜਿੰਨੀ ਵੀ ਇਨਵੈਸਟਮੈਂਟ ਹੁੰਦੀ ਫਿਰ ਸਾਨੂੰ ਉਹਦੇ 'ਤੇ ਪੇਸ਼ੈਂਸ ਰੱਖਣਾ ਪੈਂਦਾ ਜੀ, ਕਿਉਂਕਿ ਇਨਵੈਸਟਮੈਂਟ ਸਾਡੀ ਆ, ਬਟ ਅਸੀਂ ਪੈਸੇ ਜੇ ਥੋੜ੍ਹੇ ਬਹੁਤੇ ਵੱਧ ਲੈ ਰਹੇ ਹਾਂ ਤਾਂ ਅਸੀਂ ਉਹਦੇ ਵਿੱਚ ਕਲੀਅਰ ਹੋ ਕੇ ਚੱਲਦੇ ਹਾਂ ਬੱਚੇ ਨਾਲ ਕਿ ਅਸੀਂ ਇਨਵੈਸਟਮੈਂਟ ਕੀਤੀ ਆ, ਅਤੇ ਉਹਦੇ ਵਿੱਚ ਕੋਈ ਲਾਸ ਵਾਲੀ ਗੱਲ ਨਹੀਂ ਹੈਗੀ, ਕੋਈ ਡਿਪਰੈਸ਼ਨ ਵਾਲੀ ਗੱਲ ਨਹੀਂ ਹੈਗੀ। ਆਫਟਰ ਵੀਜ਼ਾ ਦੇ ਵਿੱਚ ਬਹੁਤ ਸਾਰੇ ਵਧੀਆ ਲੋਕ ਕੰਮ ਕਰਦੇ ਆ, ਤੁਸੀਂ ਪ੍ਰੋਪਰ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਆ। ਸਾਡੇ ਤੋਂ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਆਫਟਰ ਵੀਜ਼ਾ ਨੂੰ ਲੈ ਕੇ ਤਾਂ ਤੁਸੀਂ ਲੈ ਸਕਦੇ ਆ, ਅਤੇ ਇਹੀ ਆਫਟਰ ਵੀਜ਼ਾ ਦਾ ਕੰਮਕਾਰ ਚੱਲ ਰਿਹਾ ਮਾਰਕੀਟ। ਨਹੀਂ, ਬਹੁਤ ਵਧੀਆ ਕਿ ਜਿਹਦੇ ਕੋਲ ਪੈਸਾ ਹੈ ਨਹੀਂ, ਕਿਉਂਕਿ ਜਦੋਂ ਵੀਜ਼ਾ ਲੱਗ ਗਿਆ ਫਿਰ ਤਾਂ ਪੱਕਾ ਬੱਚੇ ਨੇ ਬਾਹਰ ਚਲੇ ਜਾਣਾ, ਉਹਨੇ ਸੈੱਟ ਹੋ ਜਾਣਾ, ਫਿਰ ਤਾਂ ਬੰਦਾ ਔਖਾ ਹੋ ਕੇ ਲੋਨ ਲੈ ਕੇ ਕਰਜ਼ਾ ਵੀ ਚੱਕ ਲੈਂਦਾ। ਦੇਖੋ 60-70% ਲੋਕ ਹੈਗੇ ਜਿਹੜੇ ਪੰਜਾਬ ਦੇ ਜੀ, ਅਸੀਂ ਵੀ ਇੱਕ ਜ਼ਿਮੀਂਦਾਰ ਹਾਂ, ਤੁਸੀਂ ਵੀ ਜ਼ਿਮੀਂਦਾਰ ਹਾਂ, ਆਪਾਂ ਦੇਖਦੇ ਹਾਂ ਕਿ ਹਰ ਇੱਕ ਬੰਦਾ ਕੋਈ ਕਿਸੇ ਪਾਸੇ ਕੁਛ ਸੇਲ ਕਰਨਾ ਹੁੰਦਾ, ਜਦੋਂ ਪਹਿਲਾਂ ਸੇਲ ਕਰਤਾ ਤੇ ਲੋਕਾਂ ਨੇ, ਤੁਹਾਨੂੰ ਪਤਾ ਵੀ ਆਪਣਾ ਕਲਚਰ ਜਿਹੋ ਜਿਹਾ ਹੈਗਾ, ਲੋਕੀ ਹਰ ਇੱਕ ਗੱਲਬਾਤ ਪੁੱਛਣੋਂ ਨਹੀਂ ਹਟਦੇ, ਠੀਕ ਆ। ਇੱਕ ਤਾਂ ਆਪਣੀ ਜ਼ਮੀਨ ਗਈ ਜਾਂ ਪਲਾਟ ਗਿਆ ਕੋਈ, ਦੂਸਰੀ ਗੱਲ ਇਹ ਆ ਕਿ ਵੀਜ਼ੇ ਤੇ ਟਾਈਮ ਲੱਗ ਗਿਆ, ਬਟ ਜੇ ਤੁਸੀਂ ਆਫਟਰ ਵੀਜ਼ਾ ਕਰਦੇ ਤਾਂ ਰਿਸਕ ਸਾਡਾ, ਠੀਕ ਆ। ਤੁਸੀਂ ਪਿਛਲੇ ਸਮੇਂ ਦੇ ਵਿੱਚ ਰਿਫਿਊਜ਼ਲਸ ਬਹੁਤ ਆਈਆਂ ਅੰਬੈਸੀ 'ਚ ਰਸ਼ ਕਰਕੇ, ਅਸੀਂ ਬੱਚਿਆਂ ਨੂੰ ਇਹ ਆਫਰ ਕਰ ਰਹੇ ਹਾਂ ਕਿ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਜਾਂ AIP ਆਈ ਸੀ ਜਾਂ ਵਿਦਾਊਟ AIP ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋ ਗਿਆ, ਤਾਂ ਅਸੀਂ ਇਨਵੈਸਟਮੈਂਟ ਕਰਦੇ ਹਾਂ, ਅੰਬੈਸੀ ਫੀਸ ਤੋਂ ਲੈ ਕੇ ਕਾਲਜ ਫੀਸ ਸਾਰੀ ਇਨਵੈਸਟਮੈਂਟ ਅਸੀਂ ਕਰਦੇ ਹਾਂ। ਤੁਸੀਂ ਦੁਬਾਰਾ ਰਿਸਕ ਨਹੀਂ ਲੈਣਾ ਚਾਹੁੰਦੇ, ਤੁਹਾਡੀ ਫੀਸ ਅਜੇ ਵਾਪਸ ਨਹੀਂ ਆਈ, ਅਸੀਂ ਇਨਵੈਸਟਮੈਂਟ ਕਰਦੇ ਹਾਂ ਸਾਰੀ ਤੁਹਾਡੇ 'ਤੇ। ਤੁਸੀਂ ਜੇ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗੇ, ਜੇ ਤੁਹਾਡਾ ਫਰੈਸ਼ ਕੇਸ ਆ ਤੁਹਾਡੀ ਮਰਜ਼ੀ ਦੇ ਕਾਲਜ ਦੇ ਵਿੱਚ ਤੁਹਾਡੀ ਫੀਸ ਇਨਵੈਸਟ ਕਰਾਂਗੇ ਅਸੀਂ, ਤਾਂ ਉਹ ਚੀਜ਼ ਆ। ਇਹਦੇ ਵਿੱਚ ਬੈਨੀਫਿਟ ਜਾਂ ਨੁਕਸਾਨ ਵਾਲੀ ਵੈਸੇ ਕੋਈ ਗੱਲ ਨਹੀਂ ਹੈਗੀ, ਬਟ ਬਹੁਤ ਸਾਰੇ ਲੋਕ ਜਿਨ੍ਹਾਂ ਨੇ 15-20 ਹਜ਼ਾਰ ਰੁਪਇਆ ਪ੍ਰੋਸੈਸਿੰਗ ਫੀਸ ਲੈ ਕੇ ਆਪਦੇ ਕਾਰੋਬਾਰ ਚਲਾਉਣੇ ਹੁੰਦੇ ਆ, ਮੰਨ ਕੇ ਚੱਲੋ ਕਿ ਅੱਜ ਦੀ ਰੇਟ ਦੇ ਵਿੱਚ ਜੇ ਕਿਸੇ ਆਫਿਸ ਦੇ ਵਿੱਚ 4 ਕਲਾਇੰਟ ਜਾਂਦੇ ਆ ਤੇ ਉਹਨਾਂ ਨੇ 25-25 ਹਜ਼ਾਰ ਰੁਪਇਆ ਲੈ ਲਿਆ, ਬਿਲਕੁਲ 1 ਲੱਖ ਰੁਪਇਆ ਉਹਨੂੰ ਬਿਨਾਂ ਕਿਸੇ ਕੁਛ ਕਰਨ ਤੋਂ ਮਿਲ ਗਿਆ, ਤੇ ਉਹਨੂੰ ਕੰਮ ਕਰਨ ਦੀ ਲੋੜ ਕੀ ਆ। ਇਸ ਕਰਕੇ ਅਸੀਂ 1 ਪੈਸਾ ਵੀ ਨਹੀਂ ਲੈਂਦੇ ਬੱਚੇ ਤੋਂ,
ਅਸੀਂ ਕੰਮ ਕਰਾਂਗੇ, ਬੱਚੇ ਦੇ ਕੇਸ ਤੇ ਵੀ ਕੰਮ ਕਰਾਂਗੇ, ਕਿਉਂਕਿ ਸਾਡਾ ਪ੍ਰੋਫਿਟ ਉਦੋਂ ਹੋਣਾ, ਬੱਚੇ ਦਾ ਪ੍ਰੋਫਿਟ ਵੀ ਹੋਣਾ, ਸਾਡਾ ਪ੍ਰੋਫਿਟ ਉਦੋਂ ਹੋਣਾ ਜਦੋਂ ਸਟੂਡੈਂਟ ਦਾ ਵੀਜ਼ਾ, ਪਾਸਪੋਰਟ ਤੇ ਸਟੈਂਪ ਹੋ ਗਿਆ। ਤਾਂ ਉਹਦੇ ਵਿੱਚ ਦੋਨਾਂ ਘਰਾਂ ਦਾ ਹੀ ਬੈਨੀਫਿਟ ਆ, ਕੰਸਲਟੈਂਟ ਦਾ ਵੀ ਬੈਨੀਫਿਟ ਆ, ਸਾਡਾ ਵੀ ਬੈਨੀਫਿਟ ਆ। ਮਤਲਬ ਉਹ 25-30 ਹਜ਼ਾਰ ਵਾਲੇ ਬੰਦਿਆਂ ਤੋਂ ਅਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਬਟ ਫਿਰ ਵੀ ਬਹੁਤ ਸਾਰੇ ਲੋਕ ਇੱਧਰ ਉੱਧਰ ਵਾਲੀ ਐਡ ਦੇਖ ਕੇ ਕਈ ਵਾਰੀ ਕਨਫਿਊਜ਼ ਹੋ ਜਾਂਦੇ ਆ, ਕਿਉਂਕਿ ਕੰਸਲਟੈਂਟ ਦਾ ਜਿਹੜਾ ਕੰਮ ਆ ਨਾ, ਉਹ ਤੁਸੀਂ ਅਸੀਂ 2 ਚੋਂ 5.5 ਨਾਲ ਵੀਜ਼ਾ ਨਹੀਂ ਅਪਲਾਈ ਕਰਦੇ ਜੀ। ਬਹੁਤ ਸਾਰੇ ਲੋਕ 2 ਮਡਿਊਲ 'ਚੋਂ 5.5 ਨਾਲ ਵੀਜ਼ਾ ਅਪਲਾਈ ਕਰਦੇ ਪ੍ਰਾਈਵੇਟ ਕਾਲਜਾਂ ਦੇ ਵਿੱਚ, 25-30 ਹਜ਼ਾਰ ਰੁਪਇਆ ਉਹ ਤੁਹਾਡੇ ਤੋਂ ਫਿਰ ਵੀ ਲੈ ਲੈਂਦੇ ਆ, ਉਹਨੂੰ ਕੀ ਲੋੜ ਆ, ਤੁਹਾਡਾ ਵੀਜ਼ਾ ਰਿਫਿਊਜ਼ ਕਰਾ ਕੇ ਉਹਨੂੰ ਪੈਸੇ ਆ ਰਹੇ ਆ। ਇਸ ਕਰਕੇ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ, ਜੇ ਕੋਈ ਚੰਗੀ ਪ੍ਰੋਫਾਈਲ ਆ, ਪਰਸੈਂਟੇਜ ਵਧੀਆ, 1 ਮਡਿਊਲ 'ਚੋਂ 5.5 ਅਸੀਂ ਅਪਲਾਈ ਕਰਦੇ, ਨਹੀਂ ਤਾਂ ਉਹ ਵੀ ਨਹੀਂ ਕਰਦੇ ਅਸੀਂ ਅਪਲਾਈ। ਅਸੀਂ ਕੋਸ਼ਿਸ਼ ਕਰਦੇ ਹਾਂ 6 ਈਚ ਆ ਜਿਹੜੇ ਬੱਚੇ ਦੇ, ਜਾਂ PTE ਦੇ ਵਿੱਚ 55 ਤੋਂ ਉੱਪਰ ਆ ਜੀ। ਅੱਜ ਕੱਲ੍ਹ ਤਾਂ ਲੋਕ 50 ਤੋਂ ਵੀ ਨੀਚੇ ਵੀਜ਼ਾ ਅਪਲਾਈ ਕਰ ਦਿੰਦੇ PTE ਵਾਲੇ ਬੱਚੇ ਦਾ, ਬਟ ਅਸੀਂ ਨਹੀਂ ਕਰਦੇ, ਅਸੀਂ ਜਵਾਬ ਦਿੰਦੇ ਹਾਂ। ਉਹਨਾਂ ਲਈ ਕੀ ਤੁਸੀਂ ਆਪਸ਼ਨ ਦਿੰਦੇ ਹੋ ਜਿਹਨਾਂ ਦੇ ਘੱਟ ਬੈਂਡ? ਦੇਖੋ ਜੀ, ਆਪਣਾ ਟਾਈਮ ਹੀ ਖਰਾਬ ਹੋਣਾ ਉਹਦੇ 'ਚ ਜੀ। ਜਿਹੜੇ ਬੱਚੇ ਦੇ 2 ਚੋਂ 5.5 ਆ ਜਾਂ PTE 'ਚ 50 ਤੋਂ ਘੱਟ ਸਕੋਰ ਆਏ ਹੋਏ ਆ, ਉਹਦਾ ਟਾਈਮ ਹੀ ਖਰਾਬ ਹੋਣਾ, ਵੀਜ਼ਾ ਤਾਂ ਆਉਣਾ ਨਹੀਂ ਉਹਦਾ ਜੀ। ਇਸ ਕਰਕੇ ਅਸੀਂ ਬੱਚੇ ਨੂੰ ਇਹ ਐਡਵਾਈਸ ਦਿੰਦੇ, ਤੁਸੀਂ ਰਿਪੀਟ ਕਰ ਲਓ। ਓਕੇ, ਰਿਪੀਟ ਕਰਕੇ ਜਿਹੜਾ ਟਾਈਮ ਤੁਸੀਂ ਇੱਦਾਂ ਖਰਾਬ ਕਰਨਾ, ਕਿਉਂਕਿ ਉਹਨਾਂ ਟਾਈਮ ਬੱਚਾ ਇੱਕ ਤਾਂ ਪੜ੍ਹਾਈ ਤੋਂ ਦੂਰ ਹੋ ਗਿਆ ਇੱਕ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ, 2 ਨੁਕਸਾਨ ਹੋ ਗਏ ਉਹਦੇ। ਅਸੀਂ ਬੱਚੇ ਨੂੰ ਇਹ ਕਹਿੰਦੇ ਵੀ ਕੋਸ਼ਿਸ਼ ਇਹ ਕਰੋ, PTE ਦੇ ਵਿੱਚ 55 ਤੋਂ ਉੱਪਰ, IELTS ਦੇ ਵਿੱਚ 6 ਈਚ ਜਾਂ 1 ਮਡਿਊਲ 'ਚੋਂ 5.5 ਨਾਲ ਵੀਜ਼ਾ ਅਪਲਾਈ ਕਰ ਲਓ, ਚਾਂਸਿਸ ਬਹੁਤ ਵਧੀਆ ਹੈਗੇ ਆ। ਅਸੀਂ ਜੇ ਤੁਹਾਡਾ ਕੋਈ ਬੰਦਾ 2 ਮਡਿਊਲ 'ਚੋਂ 5.5 ਨਾਲ ਵੀਜ਼ਾ ਅਪਲਾਈ ਕਰ ਰਿਹਾ ਜੀ, ਤੁਸੀਂ ਬਹੁਤ ਵਾਰੀ ਪੇਪਰ ਦੇ ਚੁੱਕੇ ਹੋ, ਟੈਸਟ ਦੇ ਚੁੱਕੇ ਹੋ, ਨੰਬਰ ਨਹੀਂ ਆਉਂਦੇ, ਉਹਨੂੰ 10 ਪੈਸੇ ਨਾ ਦਿਓ, ਉਹ ਤੁਹਾਡਾ ਵੀਜ਼ਾ ਅਪਲਾਈ ਨਹੀਂ ਕਰੂਗਾ। ਉਹਨੂੰ ਕਹਿ ਵੀ ਤੂੰ ਅੰਬੈਸੀ ਫੀਸ ਲਾ ਲਾ ਆਪਣੇ ਕੋਲ, ਉਹ ਤੁਹਾਨੂੰ ਕਹੂਗਾ ਵੀ ਅੰਬੈਸੀ ਫੀਸ ਵੀ ਜ਼ਰੂਰੀ ਆ ਤੇ ਆ 25 ਹਜ਼ਾਰ ਰੁਪਇਆ ਵੀ ਜ਼ਰੂਰੀ ਆ। ਬਹੁਤ ਸਾਰੇ ਕਾਲਜ ਸਾਨੂੰ ਆਫਰ ਲੈਟਰ LOA ਦੇ ਦਿੰਦੇ ਵਿਦਆਊਟ ਐਨੀ ਕਾਸਟਿੰਗ ਜੀ, ਠੀਕ ਆ। ਉਹਨਾਂ ਦੇ ਵਿੱਚ ਉਹਨੇ ਵੀਜ਼ਾ ਅਪਲਾਈ ਕੀਤਾ, ਉਹਦੇ 10 ਪੈਸੇ ਵੀ ਨਹੀਂ ਲੱਗੇ, ਓਕੇ, 10 ਪੈਸੇ ਵੀ ਨਹੀਂ ਲੱਗੇ, ਉਹਨੇ ਤੁਹਾਡੇ ਤੋਂ 25 ਹਜ਼ਾਰ ਵੀ ਲੈ ਲਿਆ। ਫਿਰ ਦੂਜੀ ਗੱਲ ਇਹ ਆ ਕਿ ਉਹਦਾ ਸਭ ਤੋਂ ਵੱਧ ਬੈਨੀਫਿਟ ਇਹ ਹੋਇਆ ਕਿ ਫਲਾਨੇ ਕੰਸਲਟੈਂਟ ਨੇ ਮੇਰੇ 2 ਮਡਿਊਲ 'ਚੋਂ 5.5 ਨਾਲ ਵੀਜ਼ਾ ਅਪਲਾਈ ਕਰਤਾ, ਚਾਹੇ ਆਵੇ ਨਾ ਆਵੇ, ਉਹ ਬੱਚਾ ਉਹਨਾਂ ਚਿਰ ਭੰਗੜੇ ਪਾਉਂਦਾ ਫਿਰਦਾ ਮਾਰਕੀਟ 'ਚ ਵੀ ਫਲਾਨੇ ਕੰਸਲਟੈਂਟ ਨੂੰ ਤਾਂ ਕੰਮ ਹੀ ਨਹੀਂ, ਵੀਜ਼ਾ ਵੇਸ ਵਾਲਿਆਂ ਨੂੰ ਤਾਂ ਕੰਮ ਹੀ ਨਹੀਂ ਕਰਨਾ ਆਉਂਦਾ ਸੀ, ਉਹ ਕਹਿੰਦੇ ਜੀ 2 ਚੋਂ 5.5 ਨਾਲ ਵੀਜ਼ਾ ਨਹੀਂ ਆਉਣਾ, ਤੇ ਫਲਾਨਾ ਕੰਸਲਟੈਂਟ ਮੈਨੂੰ ਆਂਦਾ ਵੀ ਜਾ ਕੇ ਸ਼ਾਪਿੰਗ ਕਰ ਲਾ ਤੂੰ, ਠੀਕ ਆ, ਸ਼ਾਪਿੰਗ ਕਰਕੇ ਆ ਜਾ, ਆਪਾਂ ਵੀਜ਼ਾ ਲੈ ਲੈਣਾ। ਉਹ ਇੱਕ ਐਡ ਦਾ ਤਰੀਕਾ ਮਿਲ ਜਾਂਦਾ। ਇੱਕ ਐਡ ਦਾ ਤਰੀਕਾ ਮੈਂ ਤੁਹਾਨੂੰ ਹੋਰ ਦੱਸਦਾ ਸਾਡੇ ਕੰਮ 'ਚ। ਤੁਹਾਡੇ ਬੱਚੇ ਦਾ ਲੈਵਲ ਹੁੰਦਾ 4.5 ਬੈਂਡ ਦਾ ਲੈਵਲ ਹੁੰਦਾ, ਠੀਕ ਆ। ਬਹੁਤ ਸਾਰੇ ਨਾ ਸਾਡੇ ਸ਼ਹਿਰ 'ਚ ਜਾਂ ਇੱਧਰ ਉੱਧਰ ਬਹੁਤ ਸਾਰੇ ਬੱਚੇ ਸਾਡੇ ਕੋਲ ਆਉਂਦੇ ਆ ਕਿ ਫਲਾਨਾ ਬੰਦਾ ਸਾਡੀ ਕਹਿੰਦਾ ਜੀ 6 ਇੰਚ ਦੀ ਗਰੰਟੀ ਲੈਂਦਾ ਮੈਂ ਤੁਹਾਡੀ। ਉਹ ਕੀ ਕਰਦੇ, ਜਦੋਂ ਮੌਕ ਟੈਸਟ ਹੁੰਦਾ ਹੈ ਨਾ ਵੀਕਲੀ, ਉਹ ਕੀ ਕਰਦੇ, ਉਹਨੂੰ 4.5 ਬੈਂਡ ਵਾਲਾ ਬੱਚਾ ਉਹਨੂੰ 6.5 ਬੈਂਡ ਦਿੰਦੇ ਆ ਉੱਥੇ ਆਪਣੇ ਮੌਕ ਟੈਸਟ ਦੇ ਵਿੱਚ, ਉਹਨੇ ਨੰਬਰ ਆਪਦੇ ਕੋਲੋਂ ਦੇਣੇ ਆ। ਉਹ ਬੱਚਾ ਜੇ ਪਿੰਡ ਦਾ ਤਾਂ ਪਿੰਡ ਤੱਕ ਜਦੋਂ ਤੱਕ ਉਹ ਟਰੈਵਲਿੰਗ ਕਰਦਾ ਬੱਸ 'ਤੇ ਜਾਂਦਾ ਜਾਂ ਆਪਣੇ ਫਰੈਂਡ ਸਰਕਲ ਕੋਲ ਜਾਂਦਾ, ਉਹ ਕਹਿੰਦਾ ਜੀ ਫਲਾਨੇ ਸੈਂਟਰ 'ਚੋਂ ਤਾਂ ਮੇਰੇ 4.5 ਆ ਰਹੇ ਸੀ, ਹੁਣ ਮੈਂ ਜਿਹੜੇ ਨਵੇਂ ਸੈਂਟਰ ਨੂੰ ਜੁਆਇਨ ਕੀਤਾ ਉੱਥੋਂ ਮੇਰੇ 6.5 ਬੈਂਡ ਆ ਰਹੇ ਮੌਕ ਟੈਸਟ 'ਚ। ਉਹਨੂੰ ਮਤਲਬ ਪੋਜ਼ਿਟਿਵਿਟੀ ਦੇ ਵਿੱਚ ਬਦਲ ਦਿੰਦੇ ਬੱਚੇ ਨੂੰ। ਪੋਜ਼ਿਟਿਵ ਬਦਲਣ ਦਾ ਤਰੀਕਾ ਇਹੀ ਹੈ ਕਿ ਉਹ ਬੰਦਾ ਜਿੰਨਾ ਚਿਰ ਉਹਦਾ ਫਾਈਨਲ ਐਗਜ਼ਾਮ ਨਹੀਂ ਹੁੰਦਾ ਆਈਲੈਟਸ ਦਾ, ਉਹਨਾਂ ਚਿਰ ਐਡਵਰਟਾਈਜ਼ਮੈਂਟ ਦਾ ਬੰਦਾ ਮਿਲ ਗਿਆ ਇੱਕ, ਵੀ ਉਹ ਕਹਿੰਦਾ ਵੀ ਮੈਨੂੰ ਫਲਾਨਾ ਕਹਿੰਦਾ ਸੀ ਵੀ ਤੈਨੂੰ ਅਸੀਂ ਰੱਖਣਾ ਨਹੀਂ, ਤੇਰਾ 4.5 ਤੋਂ ਉੱਪਰ ਲੈਵਲ ਨਹੀਂ ਹੈਗਾ, ਤੇ ਫਲਾਨੇ ਕੋਲੇ ਤਾਂ ਮੈਂ 15 ਦਿਨ ਤਿਆਰੀ ਕਰਕੇ ਟੈਸਟ ਦਿੱਤਾ ਮੇਰੇ 4.5। ਜਦੋਂ ਉਹ ਫਿਰ IDP ਦੇ ਜਾ ਕੇ ਟੈਸਟ ਦਿੰਦਾ ਅਖੀਰਲਾ ਟੈਸਟ ਦਿੰਦਾ, ਉਹ ਜਦੋਂ ਉਹਦੇ 4.5 ਜਾਂ 5 ਬੈਂਡ ਆਉਂਦੇ ਆ, ਤੇ ਉਸ ਟਾਈਮ ਤੇ ਉਹ ਬੱਚਾ ਜਾ ਕੇ ਟੁੱਟ ਜਾਂਦਾ, ਉਹ ਨੈਗੇਟਿਵ ਹੋ ਜਾਂਦਾ ਉਹ ਬੱਚਾ। ਇਹ ਮਾਰਕੀਟ ਦੇ ਮਾਰਕੀਟਿੰਗ ਕਰਨ ਦਾ ਵਧੀਆ ਤਰੀਕਾ ਵੀ 2 ਚੋਂ 5.5 ਨਾਲ ਅਪਲਾਈ ਕਰੋ, ਬੰਦੇ ਤੋਂ ਪੂਰੀ ਮਾਰਕੀਟਿੰਗ ਕਰਾਓ। ਤੇ ਆਪਣੇ ਪਿੰਡਾਂ ਵਾਲੇ ਲੋਕ ਆ, ਭੋਲੇ ਲੋਕ ਆ, ਉਹ ਕਹਿੰਦੇ ਜੀ ਫਲਾਨਾ ਸਾਡਾ ਰਿਸ਼ਤੇਦਾਰ ਸੀ, ਉਹਨੇ ਤਾਂ ਜਵਾਬ ਦੇਤਾ, ਪਰ ਉਹ ਕੰਸਲਟੈਂਟ ਨੇ ਸਾਨੂੰ ਅਪਲਾਈ ਕਰਾ ਦੇਣਾ। ਤਾਂ ਉਹ ਚੀਜ਼ ਆ, ਇਹ ਐਡਵਰਟਾਈਜ਼ਮੈਂਟ ਦਾ ਇੱਕ ਤਰੀਕਾ ਵੀ ਘੱਟ ਸਕੋਰਾਂ ਤੇ ਉਹਨੂੰ ਵੱਧ ਸਕੋਰ ਦੀ ਗਰੰਟੀ ਦਿਓ, ਘੱਟ ਸਕੋਰਾਂ ਤੇ ਉਹਦੇ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਦਿਓ, ਤੇ ਤੁਸੀਂ ਆਪਣੀ ਐਡ ਕਰਾਈ ਜਾਓ ਜਿਹੜੀ ਮਰਜ਼ੀ ਉਹਨਾਂ ਟਾਈਮ। ਇਹ ਇੱਕ ਐਡਵਰਟਾਈਜ਼ਮੈਂਟ ਦਾ ਤਰੀਕਾ, ਅਦਰਵਾਈਜ਼ ਵੀਜ਼ਾ ਨਹੀਂ ਆਉਣਾ ਜੇ 2 ਚੋਂ 5.5 ਆ ਤਾਂ ਚਾਂਸਿਸ ਨਹੀਂ ਹੈਗੇ, ਯਾਨੀ ਇੰਪਰੂਵ ਵੀ ਕਰਨਾ ਚਾਹੀਦਾ ਬੱਚਾ। ਬਿਲਕੁਲ, ਬੱਚੇ ਨੂੰ ਉਹ ਜਿਹੜਾ ਟਾਈਮ ਉਹਨੇ ਅਪਲਾਈ ਕਰਕੇ ਖਰਾਬ ਕੀਤਾ ਹੋਇਆ, ਉਹ ਟਾਈਮ ਉਹਨੂੰ ਚਾਹੀਦਾ ਕਿ ਉਹ ਆਪਦੇ ਸਕੋਰ ਨੂੰ ਇੰਪਰੂਵ ਕਰ ਲਵੇ, ਵਧਾ ਲਵੇ। ਜੇ ਤੁਹਾਡਾ ਲੈਵਲ ਬਿਲਕੁਲ ਹੀ ਨਹੀਂ ਹੈਗਾ, ਮੈਂ ਤਾਂ ਇਹ ਸਲਾਹ ਦੇਊਂਗਾ ਤੁਸੀਂ ਗ੍ਰੈਜੂਏਸ਼ਨ 'ਚ ਐਡਮਿਸ਼ਨ ਲੈ ਲਓ ਜੇ ਤੁਸੀਂ +2 ਵਾਲੇ ਆ ਤਾਂ, ਮਤਲਬ ਗ੍ਰੈਜੂਏਸ਼ਨ 'ਚ ਐਕਸਪੀਰੀਅੰਸ, ਮਤਲਬ ਤੁਹਾਡਾ ਜਿਹੜਾ ਗੈਪ ਉਹ ਕਵਰ ਹੋਈ ਜਾਊਗਾ। ਤਾਂ ਕਈ ਵਾਰੀ ਮੈਂ ਬਹੁਤ ਸਾਰੇ ਬੱਚੇ ਮੈਨੂੰ ਇਹੋ ਜਿਹੇ ਮਿਲਦੇ ਆ ਜਿਹੜੇ 2-2, 3-3 ਸਾਲ 'ਚੋਂ ਮਾਰਕੀਟ 'ਚ ਫਿਰਦੇ ਆ। ਓਕੇ,
ਤਾਂ ਉਹਨਾਂ ਨੇ ਆਪਦਾ 2-3 ਸਾਲ ਦਾ ਗੈਪ ਵੀ ਪਾ ਲਿਆ ਗਲਤ ਚੱਕਰ 'ਚ ਪੈ ਕੇ, ਅਤੇ ਉਹ ਫਿਰਦੇ ਵੀ ਇੱਥੇ ਹੀ ਆ, ਅਤੇ ਅਖੀਰ ਨੂੰ ਆ ਵੀ ਜਾਂਦੇ ਘੁੰਮ ਘੁੰਮਾ ਕੇ ਵੀ ਤੁਸੀਂ ਸਾਨੂੰ ਜਵਾਬ ਦਿੱਤਾ ਸੀ ਫਲਾਣੇ ਨੇ ਸਾਡਾ ਟਾਈਮ ਖਰਾਬ ਕਰਤਾ। ਇਸ ਕਰਕੇ ਇਹੀ ਐਡਵਾਈਸ ਹੈਗੀ ਇਹਨਾਂ ਬੱਚਿਆਂ। ਅਤੇ ਭੁੱਲਰ ਸਾਹਿਬ, ਜਿਹੜਾ ਆਸਟ੍ਰੇਲੀਆ ਕਾਫੀ ਕਰੋਨਾ ਜਿਹੜੀ ਮਹਾਂਮਾਰੀ ਤੋਂ ਬਾਅਦ 'ਚ ਬੰਦ ਰਿਹਾ, ਫਲਾਈਟਾਂ ਵੀ ਬੰਦ ਰਹੀਆਂ, ਉਹ ਆਸਟ੍ਰੇਲੀਆ ਦੇ ਵੀਜ਼ਿਆਂ ਦਾ ਸਟੱਡੀ ਵੀਜ਼ੇ ਦਾ ਕੀ ਸਿਨੈਰੀਓ? ਦੇਖੋ, ਜਦੋਂ ਦਾ ਕੋਵਿਡ ਚੱਲ ਰਿਹਾ, ਆਸਟ੍ਰੇਲੀਆ ਨੇ ਵੀਜ਼ੇ ਨਹੀਂ ਦੇਣੇ ਬੰਦ ਕੀਤੇ। ਓਕੇ, ਰੈਗੂਲਰ ਹੀ ਜਿਹੜੇ ਵੀਜ਼ੇ ਆ ਕੋਵਿਡ ਤੋਂ ਬਾਅਦ COE ਵੀ ਇਸ਼ੂ ਹੋ ਰਹੀਆਂ ਜੀ, ਉਸ ਤੋਂ ਬਾਅਦ ਵੀਜ਼ਾ ਵੀ ਇਸ਼ੂ ਹੋ ਰਹੇ ਆ। ਬਟ ਟਰੈਵਲਿੰਗ ਨੂੰ ਲੈ ਕੇ ਬੜੀ ਵੱਡੀ ਕਨਫਿਊਜ਼ਨ ਆ ਹਰ ਵੇਲੇ। ਬਟ ਆਸਟ੍ਰੇਲੀਆ ਦੀ ਜਿਹੜੀ ਇਕਾਨਮੀ ਆ ਉਹ ਸਟੱਡੀ ਵੀਜ਼ਾ ਜਿਹੜਾ ਟਰੈਵਲਿੰਗ ਬੈਨ ਹੋਣ ਕਰਕੇ ਬਹੁਤ ਨੀਚੇ ਜਾ ਰਹੀ ਆ। ਓਕੇ, ਅਤੇ ਉਹਨਾਂ ਦੀ ਗੌਰਮੈਂਟ ਨੂੰ ਵੀ ਇਸ ਚੀਜ਼ ਦੀ ਬਹੁਤ ਟੈਨਸ਼ਨ ਆ। ਓਕੇ, ਅਤੇ ਇੰਡੀਆ ਦੇ ਵਿੱਚ ਜਾਂ ਏਸ਼ੀਆ ਦੇ ਵਿੱਚ ਪੂਰੇ ਦੇ ਵਿੱਚ ਜਿੱਥੋਂ ਚਾਈਨਾ ਅਤੇ ਇੰਡੀਆ ਤੋਂ ਬੇਸਿਕਲੀ ਸਟੂਡੈਂਟ ਜਿਹੜਾ ਸੀਗਾ ਜਾਂਦਾ ਸੀਗਾ, ਚਾਈਨਾ ਨਾਲ ਰਿਲੇਸ਼ਨ ਖਰਾਬ ਹੋਣ ਕਰਕੇ ਹੁਣ ਰਹਿ ਗਈ ਆਪਸ਼ਨ ਇੱਕ ਇੰਡੀਆ, ਜਿਹੜੀ ਸਭ ਤੋਂ ਵੱਡੀ ਮਾਰਕੀਟ ਆ ਆਸਟ੍ਰੇਲੀਆ ਵਾਸਤੇ ਐਜੂਕੇਸ਼ਨ ਵਾਸਤੇ ਜੀ। ਹੁਣ ਬਹੁਤ ਜਲਦੀ ਜਿਹੜਾ ਹੈਗਾ 19 ਨਵੰਬਰ ਦੀ ਇੱਕ ਅਪਡੇਟ ਹੈਗੀ ਆ ਕਿ 19 ਨਵੰਬਰ ਨੂੰ ਖੁੱਲ ਜਾਵੇ। ਦੂਸਰਾ ਜਿਹੜਾ ਹੈਗਾ, ਬਹੁਤ ਸਾਰੇ ਪੋਰਟਲ 'ਤੇ ਇਹ ਸ਼ੋਅ ਹੋ ਰਿਹਾ ਕਿ 17 ਸਪਟੈਂਬਰ ਨੂੰ ਜਿਹੜੀ ਹੈਗੀ ਆ, ਦਸੰਬਰ ਨੂੰ 17 ਦਸੰਬਰ ਨੂੰ ਜਿਹੜੀ ਹੈਗੀ ਆ ਟਰੈਵਲਿੰਗ ਖੁੱਲ ਜੂਗੀ ਜੀ। ਬਟ ਆਪਾਂ ਇੱਥੋਂ ਇਹ ਮਤਲਬ ਕਿਆਸ ਕਰ ਸਕਦੇ ਹਾਂ, ਇੱਥੋਂ ਆਪਾਂ ਇਹ ਆਈਡੀਆ ਲਾ ਸਕਦੇ ਹਾਂ ਕਿ ਆਸਟ੍ਰੇਲੀਆ ਜਿਹੜੀ ਟਰੈਵਲਿੰਗ ਹੈਗੀ ਆ ਜਨਵਰੀ ਤੱਕ ਪ੍ਰੋਪਰ ਖੁੱਲ ਜੂਗੀ। ਓਕੇ, ਕਿਉਂਕਿ ਉਹਨਾਂ ਦੀ ਜਿਹੜੀ ਵੈਕਸੀਨੇਸ਼ਨ ਆ 70% ਤੋਂ ਉੱਪਰ ਹੋ ਚੁੱਕੀ ਸੀ, ਕਾਫੀ ਦਿਨ ਪਹਿਲਾਂ ਦੀ ਅਪਡੇਟ ਆ ਜੀ ਜੀ, ਅਤੇ ਜਨਵਰੀ ਤੱਕ ਉਹ 100% ਆਪਣੀ ਵੈਕਸੀਨੇਸ਼ਨ ਨੇੜੇ ਤੇੜੇ ਕਰ ਲੈਣਗੇ ਜੀ ਜੀ। ਪੱਕੀ ਇਨਫੋਰਮੇਸ਼ਨ ਕੋਈ ਨਹੀਂ ਹੈਗੀ, ਬਟ ਕੈਨੇਡਾ ਟਰੂਡੋ ਗਵਰਨਮੈਂਟ ਨੇ ਡਾਇਰੈਕਟ ਫਲਾਈਟ ਸ਼ੁਰੂ ਕਰਤੀਆਂ, UK ਦੀ ਫਲਾਈਟ ਬੰਦ ਹੀ ਨਹੀਂ ਹੋਈ ਕੋਵਿਡ ਦੇ ਵਿੱਚ। ਬਹੁਤ ਸਾਰਾ ਜਿਹੜਾ ਬੱਚਾ ਆਸਟ੍ਰੇਲੀਆ ਵਾਲਾ ਸੀਗਾ ਉਹ ਮੂਵ ਹੋ ਰਿਹਾ UK ਨੂੰ। ਓਕੇ, ਤਾਂ ਇਸ ਕਰਕੇ ਜੇ ਉਹਨਾਂ ਨੇ ਆਪਦੀ ਮਾਰਕੀਟ ਬਚਾ ਕੇ ਰੱਖਣੀ ਆ, ਆਪਦੀ ਇਕਾਨਮੀ ਨੂੰ ਚੰਗੀ ਤਰੀਕੇ ਨਾਲ ਦੁਬਾਰਾ ਤੋਂ ਸਰਵਾਈਵ ਕਰਨਾ, ਤਾਂ ਉਹਨਾਂ ਨੂੰ ਟਰੈਵਲਿੰਗ ਖੋਲ੍ਹਣੀ ਪੈਣੀ ਆ। ਤਾਂ ਪੂਰੇ ਚਾਂਸਿਸ ਆ ਕਿ ਜਨਵਰੀ ਤੱਕ ਟਰੈਵਲਿੰਗ ਖੁੱਲ੍ਹ ਜਾਊਗੀ। 19 ਪਾਸ ਆਊਟ ਸਟੂਡੈਂਟ ਨੂੰ ਆਸਟ੍ਰੇਲੀਆ ਨੇ ਹੁਣ ਵੀ ਲੈਣਾ ਬੰਦ ਕਰਤਾ, ਜਿਹੜੇ ਲੈਵਲ 1 ਉਹਨਾਂ ਦੀਆਂ ਯੂਨੀਵਰਸਿਟੀਆਂ ਹੈਗੀਆਂ। ਓਕੇ, ਉਹ ਲੈਵਲ 1 ਦੀਆਂ ਯੂਨੀਵਰਸਿਟੀਆਂ 19 ਪਾਸ ਆਊਟ ਸਟੂਡੈਂਟ ਨਹੀਂ ਲੈ ਰਹੀਆਂ, ਉਹ 20 ਤੇ 21 ਪਾਸ ਆਊਟ ਸਟੂਡੈਂਟ ਨੂੰ ਵੈਲਕਮ ਕਹਿੰਦੀਆਂ। ਓਕੇ, ਇਸ ਕਰਕੇ ਜਿਹੜੇ ਸਟੂਡੈਂਟ ਦੇ 2 ਮੋਡਿਊਲ ਚੋਂ 5.5 ਆ ਜਾਂ PTE ਦੇ ਵਿੱਚੋਂ ਘੱਟ ਸਕੋਰ ਆ ਜੀ, ਤੇ ਉਹਦੇ ਵਾਸਤੇ ਬੈਸਟ ਜਿਹੜਾ ਹੈਗਾ ਆਸਟ੍ਰੇਲੀਆ। ਓਕੇ, ਕਿਉਂਕਿ 1-1.5 ਸਾਲ ਲੰਘ ਗਿਆ ਕੋਵਿਡ ਦੇ ਵਿੱਚ, ਤਾਂ ਬਹੁਤਾ ਹੁਣ ਸਮਾਂ ਲੰਘਣ ਵਾਲਾ ਹੈ ਨਹੀਂ ਗਾ ਜੀ। ਅਜੇ ਵੀ 19 ਪਾਸ ਆਊਟ ਵਾਸਤੇ ਕੁਝ ਕੁ ਆਪਸ਼ਨਸ ਜਿਹੜੀਆਂ ਬਚੀਆਂ ਹੋਈਆਂ ਜੀ। ਜੇ 19 ਪਾਸ ਆਊਟ ਸਟੂਡੈਂਟ ਜਾਣਾ ਚਾਹੁੰਦਾ ਤਾਂ ਹੁਣ ਉਹਦੇ ਵਾਸਤੇ ਬੈਸਟ ਮੌਕਾ ਹੈਗਾ। +2 ਵਾਲੇ ਬੱਚੇ ਨੂੰ ਜਿਹੜਾ ਪ੍ਰੋਗਰਾਮ ਆ ਉਹ 3 ਸਾਲ ਦਾ ਮਿਲਣਾ ਬੈਚਲਰ ਡਿਗਰੀ। ਓਕੇ, ਉਹਦਾ ਇੱਥੇ ਨਹੀਂ ਲੰਘਣ ਲੱਗਾ, ਉਹਨੂੰ ਜੇ 1 ਸਮੈਸਟਰ ਪੜ੍ਹਨਾ ਵੀ ਪੈਂਦਾ ਉਹਦਾ ਕੋਈ ਲੌਸ ਨਹੀਂ ਹੈਗਾ ਜੀ। ਮਾਸਟਰ ਡਿਗਰੀ ਜਿਹੜੀ ਹੈਗੀ ਆ ਉਹ 2 ਸਾਲ ਦੀ ਆ ਜੀ, ਉਹ ਵੀ ਜੇ ਕੋਈ ਬੱਚੇ ਦੇ ਪਰਸੈਂਟੇਜ ਘੱਟ ਆ ਜਾਂ ਉਹਦੇ ਸਕੋਰ ਘੱਟ ਆ ਕੈਨੇਡਾ ਵਾਸਤੇ ਉਹ ਹੈ ਨਹੀਂ, ਤਾਂ UK ਤੋਂ ਬਿਨਾਂ ਉਹ ਆਸਟ੍ਰੇਲੀਆ ਅਪਲਾਈ ਕਰਕੇ ਆਪਦਾ ਵੀਜ਼ਾ ਲੈ ਕੇ ਹੁਣ ਆਪਦੀ ਪ੍ਰੋਫਾਈਲ ਨੂੰ ਵਧੀਆ ਤਰੀਕੇ ਨਾਲ ਉਹ ਕਰ ਸਕਦਾ। ਓਕੇ, ਅਤੇ ਇਹਨਾਂ ਬੱਚਿਆਂ ਵਾਸਤੇ ਲਾਸਟ ਹੀ ਮੌਕਾ ਹੈਗਾ ਜੀ। ਅਜੇ ਗ੍ਰੈਜੂਏਸ਼ਨ ਵਾਲੇ ਵਾਸਤੇ ਤਾਂ 1-2 ਸਾਲ ਦਾ ਅਸੀਂ ਕੈਪ ਚਲਾ ਲਾਂਗੇ, ਕਿਉਂਕਿ ਜੋਬ ਐਕਸਪੀਰੀਅੰਸ ਕੋਈ ਨਾ ਕੋਈ ਹੋ ਜਾਂਦਾ ਜੀ। +2 ਵਾਲਾ ਜਿਹੜਾ ਬੱਚਾ ਹੋ ਸਕਦਾ, ਜੇ ਇੱਦਾਂ ਹੀ ਆਪਾਂ ਬੈਠੇ ਰਹੇ ਤਾਂ 2020 ਪਾਸ ਆਊਟ ਸਟੂਡੈਂਟ ਨੂੰ ਵੀ ਆਸਟ੍ਰੇਲੀਆ ਜਿਹੜਾ COE ਦੇਣ ਤੋਂ ਨਾ ਕਰ ਦੇਵੇ। ਓਕੇ, ਬਟ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਨਵਰੀ ਤੱਕ ਚਾਂਸਿਸ ਪੂਰੇ ਹੈਗੇ ਆ ਜੀ। ਜੇ 1-2 ਇਨਟੇਕ ਪੜ੍ਹਨਾ ਵੀ ਪੈਂਦਾ ਤੁਹਾਡਾ ਫਿਊਚਰ ਬਣਦਾ ਜੀ। ਜਿਵੇਂ ਆਪਾਂ ਉਹ ਪਹਿਲਾਂ ਗੱਲ ਕੀਤੀ ਸੀ, ਬਹੁਤ ਸਾਰੇ ਬੱਚੇ 2-2, 3-3 ਸਾਲ ਤੋਂ ਮਾਰਕੀਟ 'ਚ ਘੁੰਮ ਰਹੇ ਆ ਜੀ, ਬਾਅਦ 'ਚ ਇਹੀ ਚਾਂਸਿਸ ਬਣਨਾ ਕਿ ਉਸ ਟਾਈਮ 'ਤੇ ਵੀਜ਼ਾ ਲੱਗ ਜਾਣਾ ਸੀਗਾ, ਬਾਅਦ 'ਚ ਗੈਪ ਤੋਂ ਬਾਅਦ ਥੋੜ੍ਹੀ ਪ੍ਰੋਬਲਮ ਉਹਨਾਂ ਨੂੰ ਫੇਸ ਕਰਨੀ ਪੈ ਸਕਦੀ ਹੈ। ਅਤੇ ਇਹ ਤਾਂ ਹੋ ਗਿਆ ਆਸਟ੍ਰੇਲੀਆ ਦਾ। USA 'ਚ ਜੇ ਕੋਈ ਜਾਣਾ ਚਾਹੁੰਦਾ ਸਟੂਡੈਂਟ, ਉਹਦੇ ਕੀ ਕੰਡੀਸ਼ਨ? US ਦਾ ਸਟੂਡੈਂਟ ਵੀਜ਼ਾ ਨਾ ਉਦੋਂ ਪ੍ਰਮੋਟ ਕੀਤਾ ਸੀ ਬਹੁਤ ਸਾਰੇ ਕੰਸਲਟੈਂਟ ਨੇ ਜਦੋਂ ਕੈਨੇਡਾ ਦੀ ਰਿਫਿਊਜ਼ਲ ਬਹੁਤ ਵੱਧ ਗਈ ਸੀ ਜੀ। ਪਿੱਛੇ ਨਾ 4-5 ਮਹੀਨੇ ਪਹਿਲਾਂ ਜਦੋਂ ਕੈਨੇਡਾ ਅੰਬੈਸੀ 'ਚ ਰਸ਼ ਹੋਇਆ ਤਾਂ ਬਹੁਤ ਸਾਰੇ ਬੱਚਿਆਂ ਨੂੰ ਕੈਨੇਡਾ ਨੇ ਰਿਫਿਊਜ਼ ਕੀਤਾ ਸੀ ਉਸ ਟਾਈਮ 'ਤੇ। ਉਸ ਟਾਈਮ 'ਤੇ ਕੰਸਲਟੈਂਟ ਦੀ ਸਾਡੀ ਵੀ 1-2 ਮੀਟਿੰਗ ਹੋਈ ਕਿ ਆਪਾਂ US ਨੂੰ ਪ੍ਰਮੋਟ ਕਰੀਏ, ਕਿਉਂਕਿ US ਸਟੂਡੈਂਟ ਵੀਜ਼ੇ ਦਾ ਸਕਸੈਸ ਰੇਟ ਵਧੀਆ ਜੀ, ਅਤੇ ਚੰਗਾ ਸਕਸੈਸ ਰੇਟ ਵੀ ਰਿਹਾ। ਉਸ ਤੋਂ ਬਾਅਦ 1 ਤਾਂ ਕੈਨੇਡਾ ਦਾ ਜਿਹੜਾ ਸਕਸੈਸ ਰੇਟ ਦੁਬਾਰਾ ਫਿਰ ਫਾਰਮ 'ਚ ਆ ਗਿਆ, ਕਾਫੀ ਵਧੀਆ ਵੀਜ਼ਾ ਦੇਣਾ ਸ਼ੁਰੂ ਕਰਤਾ ਉਹਨਾਂ ਨੇ। ਫਿਰ ਦੂਸਰੀ ਗੱਲ ਇਹ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਪ੍ਰੋਫਾਈਲਾਂ ਸੀ ਨਾ, ਜਿਹੜਾ US ਦਾ ਸਟੂਡੈਂਟ ਵੀਜ਼ਾ ਇੱਕ ਲੋਟਰੀ ਬੇਸਡ ਆ। ਓਕੇ, ਲੋਟਰੀ ਬੇਸਡ ਕੀ, ਕਈ ਵਾਰੀ ਚੰਗਾ ਸਟੂਡੈਂਟ ਵੀ ਉੱਥੇ ਰੀਪ੍ਰਜੈਂਟ ਆਪਣੇ ਆਪ ਨੂੰ ਪ੍ਰਜੈਂਟ ਨਹੀਂ ਕਰ ਪਾਉਂਦਾ। ਓਕੇ, ਅੰਬੈਸੀ ਦੇ ਵਿੱਚ ਇੱਦਾਂ ਹੀ ਜਿੱਦਾਂ ਆਪਾਂ ਬੈਠੇ ਹੋਏ ਹਾਂ ਇੱਦਾਂ ਹੀ ਇੱਕ ਵਿੰਡੋ ਬਣੀ ਹੋਈ ਆ, ਉੱਥੇ ਆਪਾਂ ਫੇਸ ਟੂ ਫੇਸ ਜਾ ਕੇ ਵੀਜ਼ਾ ਅਫਸਰ ਨੂੰ ਵਿਸ਼ ਕਰਨਾ, ਉਸ ਤੋਂ ਬਾਅਦ ਉਹਨਾਂ ਨੇ ਸਾਨੂੰ 1-2 ਕੁਐਸਚਨ ਪੁੱਛਣੇ ਆ, ਅਤੇ ਉਸ ਤਰੀਕੇ ਨਾਲ ਇੱਕ ਵੀਜ਼ਾ ਮਿਲਦਾ। ਉਹਦੇ ਵਿੱਚ ਨਾ ਬਹੁਤ ਸਾਰੇ ਕੰਸਲਟੈਂਟ ਨੇ ਫਿਰ ਜਿਹੜੀਆਂ ਪ੍ਰੋਫਾਈਲਸ ਵੀਕ ਸੀਗੀਆਂ ਜੀ, ਜਿਹੜੀਆਂ ਪ੍ਰੋਫਾਈਲਸ, ਕਿਉਂਕਿ ਡਾਕੂਮੈਂਟ
ਨੂੰ ਬਹੁਤ ਘੱਟ ਚੈੱਕ ਕਰਦੇ, ਤੁਹਾਡੇ ਫੇਸ ਤੋਂ ਹੀ ਤੁਹਾਡਾ ਆਈਡੀਆ ਲਾਉਂਦੇ ਤੁਸੀਂ ਜੈਨੂਇਨ ਸਟੂਡੈਂਟ ਹੈ ਕਿ ਨਹੀਂ। ਬਹੁਤ ਸਾਰੇ ਲੋਕਾਂ ਨੇ ਪ੍ਰੋਫਾਈਲ ਨੂੰ ਤੋੜ ਮਰੋੜ ਕੇ ਅੰਬੈਸੀ 'ਚ ਭੇਜਣਾ ਸ਼ੁਰੂ ਕੀਤਾ, ਫਿਰ ਉਸ ਤੋਂ ਬਾਅਦ US ਦੀ ਜਿਹੜੀ ਰਿਫਿਊਜ਼ਲ ਆ ਉਹ ਬਹੁਤ ਜ਼ਿਆਦਾ ਵੱਧ ਗਈ। ਓਕੇ, ਹੁਣ ਫਿਰ ਦੁਬਾਰਾ ਤੋਂ ਐਕਟਿਵ ਹੋਇਆ ਕੈਨੇਡਾ। ਓਕੇ, ਜਦੋਂ ਕੈਨੇਡਾ ਐਕਟਿਵ ਹੁੰਦਾ ਤਾਂ ਉਦੋਂ ਦੂਜੀਆਂ ਸਾਰੀਆਂ ਕੰਟਰੀਆਂ ਐਕਟਿਵ ਨਹੀਂ ਹੋ ਸਕਦੀਆਂ। ਜੀ ਜੀ, ਤਾਂ ਇਸ ਲਈ ਹੁਣ ਜਿਹੜਾ ਹੈਗਾ ਕੈਨੇਡਾ ਦਾ ਜਦੋਂ ਐਕਟਿਵ ਹੋ ਗਿਆ ਤਾਂ US ਨੂੰ ਫਿਰ ਪ੍ਰਮੋਟ ਕਰਨਾ ਲੋਕਾਂ ਨੇ ਬੰਦ ਕਰਤਾ ਜੀ, ਤੇ ਕੈਨੇਡਾ ਨੂੰ ਰੁਝਾਨ ਫਿਰ ਵੱਧ ਗਿਆ ਜੀ। ਤੇ ਇੱਕ ਰਿਫਿਊਜ਼ਲ ਜਿਹੜੀ US ਦੀ ਇਹੀ ਵਧਣ ਦਾ ਰੀਜ਼ਨ ਬਣਿਆ ਕਿ ਪ੍ਰੋਫਾਈਲਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ, ਕਿਉਂਕਿ ਉਹ ਵਿਦਾਊਟ ਆਈਲੈਟਸ ਵੀ ਦੇ ਰਹੇ ਸੀ ਵੀਜ਼ਾ, ਵਿਦ ਆਈਲੈਟਸ ਵੀ ਦੇ ਰਹੇ ਸੀ, ਗੈਪ ਨਾਲ ਵੀ ਵੀਜ਼ਾ ਦੇ ਰਹੇ ਸੀ। ਇਹ ਕਿਤੇ ਨਾ ਕਿਤੇ ਆਪਣੀ ਮਾਰਕੀਟ ਦੀ, ਆਪਣੇ ਇੰਡੀਅਨ ਲੋਕ ਹੀ ਮਾਰਕੀਟ ਨੂੰ ਖਰਾਬ ਕਰਦੇ ਆ, ਨਹੀਂ ਤਾਂ US ਦਾ ਸਕਸੈਸ ਰੇਟ ਉਸੇ ਤਰ੍ਹਾਂ ਚੱਲਦਾ ਰਹਿਣਾ ਸੀਗਾ। ਇਸ ਟਾਈਮ ਸਕਸੈਸ ਰੇਟ ਹੈ, ਬਟ ਜਿਹੜੀ ਕੋਈ ਬਹੁਤ ਵਧੀਆ ਪ੍ਰੋਫਾਈਲ ਹੈਗੀ ਆ ਉਹਨੂੰ ਅਸੀਂ ਅਪਲਾਈ ਕਰਦੇ ਹਾਂ, ਜਿਹੜੇ ਕੋਈ ਬੱਚੇ ਇੰਗਲਿਸ਼ ਬੋਲ ਸਕਦੇ ਆ, 50 ਸੈਕਿੰਡ ਤੱਕ ਉਹ ਵੀਜ਼ਾ ਅਫਸਰ ਦੇ ਸਾਹਮਣੇ ਗੱਲਬਾਤ ਕਰ ਸਕਦੇ ਆ, ਅਸੀਂ ਉਹਨਾਂ ਦੀ ਇੰਟਰਵਿਊ ਲੈਂਦੇ ਹਾਂ, ਜੋ ਇਸ ਤਰੀਕੇ ਨਾਲ ਇੰਟਰਵਿਊ ਕਰਦੇ ਆ ਤਾਂ ਆਪਾਂ ਉਹਨਾਂ ਦਾ ਵੀਜ਼ਾ ਅਪਲਾਈ ਕਰਦੇ ਹਾਂ। ਅਦਰਵਾਈਜ਼ ਮੇਨਲੀ ਇਹ ਸਾਡਾ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਫੋਕਸ ਹੈਗਾ, ਕਿਉਂਕਿ ਕੈਨੇਡਾ ਦੇ ਵਿੱਚ ਅਸੀਂ ਬਹੁਤ ਸਾਰੇ ਵੀਜ਼ੇ ਲੈ ਚੁੱਕੇ ਹਾਂ ਜੀ, ਆਸਟ੍ਰੇਲੀਆ 'ਤੇ ਹੈਗਾ, UK 'ਤੇ ਹੈਗਾ, US ਕੀਤਾ ਸੀ, ਵੀਜ਼ੇ ਵੀ ਆਏ ਆ, ਬਟ ਹੁਣ ਅਸੀਂ ਬਹੁਤ ਚੰਗੀ ਪ੍ਰੋਫਾਈਲ ਦਾ ਹੀ US ਵੀਜ਼ਾ ਅਪਲਾਈ ਕਰਦੇ ਹਾਂ। ਓਕੇ, ਅਤੇ UK 'ਚ ਯਾਨੀ ਤੁਸੀਂ ਜਿਹੜੇ 5.5 ਬੈਂਡ ਵਾਲਾ ਜਾਂ 5 ਬੈਂਡ ਵਾਲਾ ਕੀ ਐਕਸੈਪਟ ਕਰਦਾ UK? UK ਵਿਦਾਊਟ ਆਈਲੈਟਸ ਵੀ ਐਕਸੈਪਟ ਕਰਦਾ, ਬਟ ਜੇ ਪਰਸੈਂਟੇਜ ਚੰਗੀ ਆ ਤਾਂ ਜੀ, ਪੰਜਾਬ ਬੋਰਡ ਦੀ ਜੇ 80% ਹੈਗੀ ਆ, ਪਰਸੈਂਟੇਜ ਹੈਗੀ ਆ 80 ਜੀ, ਤਾਂ ਫਿਰ ਅਸੀਂ ਪਲੱਸ ਟੂ ਵਾਲੇ ਬੱਚੇ ਨੂੰ ਅਪਲਾਈ ਕਰਦੇ ਹਾਂ ਜੀ, ਜੇ 65 ਦੇ ਨੇੜੇ ਤੇੜੇ ਹੈ ਤਾਂ ਗ੍ਰੈਜੂਏਟ ਸਟੂਡੈਂਟ ਨੂੰ ਅਪਲਾਈ ਕਰਦੇ ਹਾਂ। ਬਟ ਉੱਥੇ ਵੀ 3 ਇੰਟਰਵਿਊ ਹੁੰਦੀਆਂ, ਪਹਿਲਾਂ ਇੰਡੀਆ ਆਫਿਸ ਤੋਂ ਇੰਟਰਵਿਊ ਹੁੰਦੀ ਆ, ਸਭ ਤੋਂ ਪਹਿਲੇ ਇੰਟਰਵਿਊ ਜਿਹੜੀ ਇੰਡੀਆ ਆਫਿਸ ਤੋਂ ਹੁੰਦੀ ਆ ਯੂਨੀਵਰਸਿਟੀ ਦੇ, ਦੂਸਰੀ ਇੰਟਰਵਿਊ ਹੁੰਦੀ ਆ UK ਆਫਿਸ ਤੋਂ, ਫਿਰ ਉਸ ਤੋਂ ਬਾਅਦ ਇੱਕ ਕੈਸ ਲੈਟਰ ਆਉਂਦਾ, ਕੈਸ ਲੈਟਰ ਤੋਂ ਬਾਅਦ ਇੱਕ ਫਿਰ ਇੰਟਰਵਿਊ ਹੁੰਦੀ ਆ, ਉਸ ਤੋਂ ਬਾਅਦ ਆਪਾਂ ਫਾਈਲ ਜਿਹੜੀ ਹੈਗੀ ਅੰਬੈਸੀ 'ਚ ਸਬਮਿਟ ਕਰਦੇ ਹਾਂ, ਉਸ ਤੋਂ ਬਾਅਦ ਇੰਟਰਵਿਊ ਜਿਹੜੀ ਹੈਗੀ ਅੰਬੈਸੀ ਵੱਲੋਂ ਵੀ ਚਾਂਸਿਸ ਪੂਰੇ ਪੂਰੇ ਰਹਿੰਦੇ ਕਿ ਇੰਟਰਵਿਊ ਆ ਜਾਂਦੀ ਆ ਜੀ। ਇਸ ਕਰਕੇ ਜਿਹੜਾ ਬੱਚਾ ਇੰਟਰਵਿਊ ਕਲੀਅਰ ਕਰ ਪਾਉਣ ਦੇ ਕਾਬਲੀਅਤ ਰੱਖਦਾ, ਅਸੀਂ ਇੰਟਰਵਿਊ ਦੇ ਵਿੱਚ ਉਹਨੂੰ ਚੈੱਕ ਕਰਦੇ ਹਾਂ, ਉਹਨੂੰ ਅਸੀਂ UK ਅਪਲਾਈ ਕਰਦੇ ਹਾਂ। UK ਜਿਹੜਾ ਹੈਗਾ ਵਰਲਡ ਦੀ ਮਤਲਬ ਲੈਵਲ 1 ਐਜੂਕੇਸ਼ਨ ਹੈ, ਜਿੱਥੋਂ ਤੁਸੀਂ ਦੇਖਿਆ ਹੋਣਾ ਵੀ ਆਪਣੇ ਜਿਹੜੇ ਪੋਲੀਟੀਸ਼ੀਅਨ ਸੁਖਬੀਰ ਬਾਦਲ ਵਰਗੇ ਵੀ ਆ UK ਤੋਂ ਐਜੂਕੇਸ਼ਨ ਲੈ ਕੇ ਆਏ ਆ ਜੀ। ਬਟ UK ਨੂੰ ਲੈ ਕੇ ਨਾ ਇੱਕ ਬਹੁਤ ਵੱਡੀ ਨੈਗੇਟਿਵਿਟੀ ਆ ਕਿ ਉੱਥੇ ਸਟੂਡੈਂਟ ਪੱਕਾ ਨਹੀਂ ਹੁੰਦਾ ਜੀ। ਪੱਕਾ ਨਾ ਹੋਣ ਦਾ ਰੀਜ਼ਨ ਇਹ ਆ ਕਿ ਐਜੂਕੇਸ਼ਨ ਕੋਸਟਲੀ ਆ, ਮਹਿੰਗੀ ਆ ਐਜੂਕੇਸ਼ਨ ਕਾਫੀ ਜੀ, ਕਿਉਂਕਿ ਜਿਹੜਾ ਪਲੱਸ ਟੂ ਵਾਲਾ ਸਟੂਡੈਂਟ ਹੈਗਾ ਉਹਨੂੰ 3 ਸਾਲ ਉੱਥੇ ਜਾ ਕੇ ਬੈਚਲਰ ਡਿਗਰੀ ਕਰਨੀ ਪੈਂਦੀ ਆ, ਤੇ ਜਿਹਦੀ 6 ਮਹੀਨੇ ਦੀ ਫੀਸ 7-8 ਹਜ਼ਾਰ ਪਾਉਂਡ ਜਿਹੜੀ ਓਨਲੀ ਯੂਨੀਵਰਸਿਟੀ ਦੀ ਫੀਸ ਬਣ ਜਾਂਦੀ ਆ। ਓਕੇ, ਤੇ ਸਟੂਡੈਂਟ ਉੱਥੇ ਜਾ ਕੇ ਕੁਇਟ ਕਰ ਜਾਂਦਾ ਜੀ, ਮਤਲਬ 1 ਸਮੈਸਟਰ ਦੀ ਫੀਸ ਇੱਥੋਂ ਪੇ ਕਰਕੇ ਜਾਂਦਾ ਜੀ, ਨੈਕਸਟ ਸਮੈਸਟਰ ਦੀ ਫੀਸ ਉਹ ਕਹਿੰਦਾ ਕਿ ਜਦੋਂ ਨਾਲਦਿਆਂ ਨੂੰ ਦੇਖਦਾ ਕਿ ਉਹ ਇੱਧਰ ਉੱਧਰ ਹੋ ਗਏ ਯੂਨੀਵਰਸਿਟੀ ਪਹੁੰਚਦੇ ਨਹੀਂ ਤਾਂ ਉਹ ਵੀ ਹੋ ਜਾਂਦਾ ਜੀ। UK ਫਾਇਦਾ ਹੈਗਾ, ਬੈਨੀਫਿਟ ਹੈਗਾ ਗ੍ਰੈਜੂਏਟ ਸਟੂਡੈਂਟ ਨੂੰ, ਕਿਉਂਕਿ 8 ਮਹੀਨੇ ਦੀ ਸਟੱਡੀ ਆ ਉਹਦੀ, ਮਾਸਟਰ ਡਿਗਰੀ 8 ਮਹੀਨੇ ਦੀ UK ਦੇ ਵਿੱਚ। ਓਕੇ, ਉਹ ਅੱਧੀ ਫੀਸ ਇੱਥੋਂ ਪੇ ਕਰਕੇ ਚਲਾ ਗਿਆ ਜੀ, ਤਾਂ ਮਗਰ 1 ਫੀਸ ਰਹਿ ਗਈ। ਦੂਜਾ ਬੈਨੀਫਿਟ ਉਹਨੂੰ ਇਹ ਮਿਲਦਾ ਕਿ ਉਹ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ, ਪਲੱਸ ਟੂ ਵਾਲਾ ਸਟੂਡੈਂਟ ਆਪਣੇ ਸਪਾਊਸ ਨੂੰ ਨਹੀਂ ਨਾਲ ਲੈ ਕੇ ਜਾ ਸਕਦਾ। ਗ੍ਰੈਜੂਏਟ ਸਟੂਡੈਂਟ ਨੂੰ 2 ਚੀਜ਼ਾਂ ਮਿਲਦੀਆਂ, ਇੱਕ ਤਾਂ ਸਟੱਡੀ 8 ਮਹੀਨੇ ਦੀ ਹੋਈ ਜੀ, ਇੱਕ ਉਹ ਆਪਣੇ ਸਪਾਊਸ ਨੂੰ ਨਾਲ ਲੈ ਗਿਆ ਜੀ, ਦੋਨੋਂ ਜਾਣੇ ਜਾ ਕੇ ਫੁੱਲ ਟਾਈਮ ਨਾਲ, ਸਪਾਊਸ ਫੁੱਲ ਟਾਈਮ ਕੰਮ ਕਰਦਾ, ਸਟੂਡੈਂਟ ਪੜ੍ਹਾਈ ਦੇ ਨਾਲ ਨਾਲ ਜਿੰਨਾ ਕੰਮ ਮਿਲਦਾ ਉਹ ਕਰਦਾ ਜੀ, ਤਾਂ ਉਹ ਫੀਸ ਜਿਹੜੀ ਹੈਗੀ ਅਗਲੀ ਕਵਰ ਕਰ ਲੈਂਦੇ ਆ। ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਵੀ ਮਿਲ ਜਾਂਦਾ ਜੀ ਜੀ, ਤਾਂ PR ਦੇ ਵੀ ਸੌਖੇ ਪੁਆਇੰਟ ਜੁੜ ਜਾਂਦੇ ਆ ਜਿਹੜਾ ਗ੍ਰੈਜੂਏਟ ਸਟੂਡੈਂਟ ਆ ਜੀ ਜੀ। ਇਸ ਕਰਕੇ ਪਲੱਸ ਟੂ ਵਾਲਾ ਸਟੂਡੈਂਟ ਜੇ ਤਾਂ ਬਹੁਤ ਜ਼ਿਆਦਾ ਅਵੇਅਰ ਹੈਗਾ ਜੀ, ਬਹੁਤ ਜ਼ਿਆਦਾ ਵਧੀਆ ਫੈਮਿਲੀ ਤੋਂ ਹੈਗਾ, ਉਹ ਫੀਸ ਇੱਥੋਂ ਜੇ ਘੱਟਦੀ ਹੈ ਤਾਂ ਮਿਲ ਸਕਦੀ ਹੈ ਉਹਨੂੰ, ਤਾਂ ਉਹ UK ਜਾਵੇ। ਅਦਰਵਾਈਜ਼ ਜਿਹੜਾ ਗ੍ਰੈਜੂਏਟ ਸਟੂਡੈਂਟ ਹੈਗਾ ਉਹਦੇ ਵਾਸਤੇ UK ਜਿਹੜਾ ਸਾਡੀ ਰਿਸਰਚ ਦੇ ਮੁਤਾਬਕ ਆ ਉਹ ਬੈਸਟ ਆਪਸ਼ਨ ਹੈਗੀ ਗ੍ਰੈਜੂਏਟ ਸਟੂਡੈਂਟ ਦੀ, ਜਿਹੜਾ ਮਾਸਟਰ ਡਿਗਰੀ ਕਰਨ ਜਾਂਦਾ। ਬਹੁਤ ਸਾਰੇ ਮਾਸਟਰ ਡਿਗਰੀ ਵਾਲੇ ਗਏ ਸਟੂਡੈਂਟ, ਉਹ ਰੈਗੂਲਰ ਸਟੱਡੀ ਕਰ ਰਹੇ ਆ। ਓਕੇ, ਬਹੁਤ ਸਾਰੇ ਪਲੱਸ ਟੂ ਵਾਲੇ ਸਟੂਡੈਂਟ ਗਏ, ਇੱਕ ਤਾਂ ਏਜ ਦਾ ਇਫੈਕਟ ਹੋ ਗਿਆ ਉਹਨਾਂ ਦਾ, ਦੂਸਰਾ ਇਫੈਕਟ ਹੋ ਗਿਆ ਉਹਨਾਂ ਦਾ ਇਹ ਕਿ ਫੀਸ 3 ਸਾਲ ਦਾ ਉਹ ਸੋਚਣ ਲੱਗ ਜਾਂਦੇ ਵੀ 3 ਸਾਲ ਦੀ ਫੀਸ ਕਿੱਦਾਂ ਅਫੋਰਡ ਕਰਾਂਗੇ। ਓਕੇ, ਇੱਥੇ ਦਿੱਕਤ ਆਉਂਦੀ ਆ, ਪਲੱਸ ਟੂ ਵਾਲੇ ਸਟੂਡੈਂਟ ਨੂੰ UK ਨਹੀਂ ਅਪਲਾਈ ਕਰਨਾ ਚਾਹੀਦਾ, ਜੇ ਕਰਨਾ ਤਾਂ ਤੁਸੀਂ ਇਹ ਸੋਚ ਕੇ ਚੱਲੋ ਕਿ ਫੀਸ ਘਰੋਂ ਮੰਗਾਉਣੀ ਪੈ ਸਕਦੀ ਆ। ਗ੍ਰੈਜੂਏਟ ਸਟੂਡੈਂਟ ਦੀ ਕੋਈ ਦਿੱਕਤ ਨਹੀਂ ਹੈਗੀ, ਉਹਦੀ ਲਾਈਫ ਬਣਦੀ ਆ UK ਜਾ ਕੇ, ਉਹ ਜਾ ਸਕਦਾ UK। ਭੁੱਲਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਲਈ ਸਮਾਂ ਕੱਢਿਆ, ਬਹੁਤ ਕੀਮਤੀ ਜਾਣਕਾਰੀ ਦਿੱਤੀ। ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਕਿ ਨਵੇਂ ਸਟੂਡੈਂਟਸ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੁੰਦੇ ਹੋ?
ਖਾਸ ਤਾਂ ਦੇਖੋ ਸਟੂਡੈਂਟ ਅੱਜ ਕੱਲ੍ਹ ਅਵੇਅਰ ਆ ਵੈਸੇ ਹੀ ਜੀ, ਬਹੁਤ ਸਾਰੀ ਰਿਸਰਚ ਤੋਂ ਬਾਅਦ ਉਹ ਮਾਰਕੀਟ ਦੇ ਵਿੱਚ ਨਿਕਲਦਾ ਜੀ, ਬਟ ਫਿਰ ਵੀ ਮੈਂ ਇਹੀ ਐਡਵਾਈਸ ਜਿਵੇਂ ਆਪਾਂ ਗੱਲ ਕੀਤੀ ਆਫਟਰ ਵੀਜ਼ਾ ਜੀ, ਆਫਟਰ ਵੀਜ਼ਾ ਨੂੰ ਬਹੁਤ ਸਾਰੇ ਲੋਕ ਨੈਗੇਟਿਵ ਤਰੀਕੇ ਨਾਲ ਲੈਂਦੇ ਆ ਜੀ, ਬਟ ਨੈਗੇਟਿਵ ਲੈਣ ਦੀ ਲੋੜ ਨਹੀਂ ਹੈਗੀ ਜੀ, ਗੌਰਮੈਂਟ ਕਾਲਜ ਦੇ ਵਿੱਚ ਫੀਸ ਪੇ ਕਰਾਂਗੇ ਜੀ, ਤੇ ਫਿਊਚਰ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੀ ਜੀ, ਬਾਕੀ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਹੈਗਾ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਕਾਲਜ ਮਿਲਦਾ ਜੀ, ਤਾਂ ਕਿਸੇ ਵੀ ਤਰ੍ਹਾਂ ਦੀ ਦੇਖੋ ਅਸੀਂ ਇੱਕ ਪ੍ਰੋਫੈਸ਼ਨਲ ਦਾ ਕੰਮ ਕਰਦੇ ਹਾਂ ਜੀ, ਬਟ ਕਿਸੇ ਵੀ ਤਰੀਕੇ ਦੇ ਸਟੂਡੈਂਟ ਨੇ ਕਿਤੋਂ ਵੀ ਵੀਜ਼ਾ ਅਪਲਾਈ ਕਰਨਾ ਤੇ ਉਹਨੂੰ ਕੋਈ ਡਾਊਟ ਹੈਗੇ ਆ ਨਾ ਜੀ, ਉਹ ਸਾਨੂੰ ਫੋਨ ਕਰੇ ਹੈ ਨਾ, ਮੇਰੇ ਪਰਸਨਲ ਨੰਬਰ ਤੇ 9477151100 ਤੇ ਕਾਲ ਕਰੇ ਜੀ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਕਿਸੇ ਤਰ੍ਹਾਂ ਦੀ, ਕਾਲਜ ਯੂਨੀਵਰਸਿਟੀ ਫੀਸ ਕਿੱਦਾਂ, GIC ਕਿੱਦਾਂ, ਮਤਲਬ ਆਪਾਂ ਉਹਨਾਂ ਦੀ ਹੈਲਪ ਕਰਾਂਗੇ ਜੀ, ਇਹ ਨਹੀਂ ਹੈ ਕਿ ਤੁਸੀਂ ਸਾਡੇ ਕੋਲ ਆ ਜਾਓ ਵੀਜ਼ਾ ਅਪਲਾਈ ਕਰ ਲਓ, ਬਹੁਤ ਸਾਰੇ ਕੰਸਲਟੈਂਟ ਆਫਿਸ ਦੇ ਵਿੱਚ ਵਿਜ਼ਿਟ ਕਰਨ ਨੂੰ ਬੋਲਦੇ ਆ ਜੀ, ਤਾਂ ਜੇ ਸਟੂਡੈਂਟ ਨੇ ਕਿਤੋਂ ਵੀ ਵੀਜ਼ਾ ਅਪਲਾਈ ਕਰਨਾ, ਕਿਤੇ ਵੀ ਬੈਠਾ ਉਹ ਵੀਡੀਓ ਦੇਖ ਰਿਹਾ ਚਾਹੇ ਪੰਜਾਬ, ਹਰਿਆਣਾ, UP, ਬਹੁਤ ਸਾਰੇ ਲੋਕਾਂ ਦੀ ਕਾਲ ਆਉਂਦੀ ਹੈ, ਤਾਂ ਉਹਦੀ ਆਪਾਂ ਸਪੋਰਟ ਕਰਾਂਗੇ ਬਿਲਕੁਲ ਜੀ, ਤੇ ਉਹਦੇ ਵਿੱਚ ਆਪਾਂ ਉਹਨਾਂ ਨੂੰ ਪ੍ਰੋਪਰ ਜਸਟੀਫਾਈ ਕਰਾਂਗੇ ਕਿਸ ਤਰੀਕੇ ਨਾਲ ਉਹ ਕਰ ਸਕਦੇ ਆ, ਇਹੀ ਸੁਝਾਅ ਦੇਣਾ ਸੀਗਾ, ਬਾਕੀ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਸਾਨੂੰ ਆਪਣੇ ਸਟੂਡੀਓ 'ਚ ਬੁਲਾ ਕੇ ਇਹ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੇ ਆ, ਸੋ ਭੁੱਲਰ ਸਾਹਿਬ ਆਸ ਹੈ ਕਿ ਭਵਿੱਖ 'ਚ ਵੀ ਸਾਡੇ ਲਈ ਟਾਈਮ ਕੱਢਦੇ ਰਹੋਗੇ, ਦਰਸ਼ਕੋ ਤੁਹਾਡਾ ਵੀ ਧੰਨਵਾਦ, ਅਤੇ ਮੈਨੂੰ ਆਸ ਹੈ ਕਿ ਭੁੱਲਰ ਸਾਹਿਬ ਦੀ ਜੋ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕੀਤੀ ਹੈ ਉਹ ਤੋਂ ਤੁਸੀਂ ਲਾਹਾ ਲਓਗੇ, ਜਿਹੜੇ ਨਵੇਂ ਸਟੂਡੈਂਟ ਹੈ, ਨਵੇਂ ਜਿਹੜੇ ਹਜੇ ਕਨੇਡਾ ਜਾਂ ਅਮੈਰੀਕਾ ਜਾਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੈ, ਉਹਨਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲੇਗੀ, ਅਤੇ ਅਸੀਂ ਤੁਹਾਨੂੰ ਨੰਬਰ ਫਲੈਸ਼ ਕਰ ਰਹੇ ਹਾਂ, ਤੁਸੀਂ ਇਹਨਾਂ ਨੰਬਰਾਂ 'ਤੇ ਭੁੱਲਰ ਸਾਹਿਬ ਨਾਲ ਜਦੋਂ ਮਰਜ਼ੀ ਬੇਝਿਜਕ ਹੋ ਕੇ ਸਿੱਧੀ ਜਿਹੜੀ ਕਾਲ ਕਰ ਸਕਦੇ ਹੋ, ਇਹਨਾਂ ਤੋਂ ਕਿਸੇ ਕਿਸਮ ਦੀ ਜਾਣਕਾਰੀ ਲੈ ਸਕਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।